ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ ਮੈਂ ਸੁਪਨ ਸੰਧੂ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਨਾਜ਼ਰੀਨ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੁਰਜੀਤ ਦੌਦਰ ਹੁਣੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਤੁਹਾਨੂੰ ਜੇ ਮੈਂ ਇਸ ਪ੍ਰੋਗਰਾਮ ਦੀ ਭੂਮਿਕਾ ਦੇ ਵਿੱਚ ਇੰਨੀ ਕੁ ਗੱਲ ਕਵਾਂ ਤਾਂ ਮੇਰੇ ਖਿਆਲ ਨਾਲ ਮੁਨਾਸਿਬ ਰਹੇਗੀ ਕਿ ਅੱਜ ਕੱਲ੍ਹ ਦੀ ਜਿਹੜੀ ਸਾਰੀ ਦੁਨੀਆ ਅੰਧ ਵਿਸ਼ਵਾਸ ਦੇ ਚਪੇਟੇ ਦੇ ਵਿੱਚ ਆਈ ਹੋਈ ਹੈ, ਔਰ ਇਹ ਜੋਤਿਸ਼ ਵਹਿਮ ਭਰਮ, ਔਰ ਲੋਕ ਇਸ ਤਰ੍ਹਾਂ ਸਮਝਦੇ ਨੇ ਕਿ ਜੋਤਿਸ਼ੀਆਂ ਕੋਲ ਜਾਣ ਦੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਹੱਲ ਹੋ ਜਾਣਗੀਆਂ, ਔਰ ਬੜੇ ਬੜੇ ਤਰ੍ਹਾਂ ਦੀਆਂ ਜਿਹੜੀਆਂ ਕਿ ਵੀ ਅਦਭੁਤ ਘਟਨਾਵਾਂ ਸਾਨੂੰ ਪੂਰੇ ਸੰਸਾਰ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਨੇ। ਭੂਮਿਕਾ ਤਾਂ ਮੈਂ ਜੀ ਅੱਜ ਦੇ ਪ੍ਰੋਗਰਾਮ ਦੀ ਜਿੰਨੀ ਚਾਹੇ ਉਨੀ ਲੰਬੀ ਕਰ ਸਕਦਾ, ਲੇਕਿਨ ਮੈਂ ਚਾਹੁੰਦਾ ਕਿ ਕਿਉਂ ਨਾ ਅੱਜ ਸੁਰਜੀਤ ਦੌਦਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਇਹਨਾਂ ਦੀ ਪੂਰੀ ਜਿਹਨੂੰ ਕਹਿੰਦੇ ਨੇ ਨਾ ਕਿ ਵੀ ਮਾਸਟਰੀ, ਪੂਰੇ ਮਾਸਟਰ ਨੇ ਜੋਤਿਸ਼, ਇਹਨਾਂ ਨੇ ਖੁਦ ਵੀ ਸਿੱਖਿਆ ਹੋਇਆ। ਸਿੱਖੇ ਦਾ ਮਤਲਬ ਇਹ ਆ ਕਿ ਇਹਨਾਂ ਨੇ ਸਮਝਿਆ ਹੋਇਆ ਕਿ ਇਹਦੇ ਵਿੱਚ ਕੱਢਣ ਪਾਉਣ ਨੂੰ ਕੀ ਆ, ਕਿਵੇਂ ਸਾਡੇ ਭੋਲੇ ਭਾੜੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਸਾਡੇ ਭਾਰਤ ਦੀ ਗੱਲਾਂ ਤਾਂ ਛੱਡੋ ਜੀ, ਉੱਥੇ ਤਾਂ ਹੈ ਹੀ ਹੈ ਆ ਅੰਧ ਵਿਸ਼ਵਾਸ ਦਾ ਬੋਲਬਾਲਾ, ਸਗੋਂ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਵੀ ਜਿਹੜੇ ਜੋਤਿਸ਼ ਜਿਹੜੇ ਠੱਗ ਨੇ ਸ਼ਰੇਆਮ ਇਸ਼ਤਿਹਾਰਬਾਜ਼ੀ ਕਰਕੇ ਜਿਹੜੇ ਆ ਲੋਕਾਂ ਨੂੰ ਠੱਗ ਰਹੇ ਨੇ, ਔਰ ਮੀਡੀਆ ਜਿਹੜਾ ਬੜੀ ਵੱਡੀ ਪੱਧਰ 'ਤੇ ਉਹਨਾਂ ਨੂੰ ਪ੍ਰਮੋਟ ਕਰ ਰਿਹਾ। ਅਤੇ ਮੈਂ ਜ਼ਿਆਦਾ ਗੱਲ ਨਹੀਂ ਕਰਦਾ, ਮੈਂ ਸੁਰਜੀਤ ਦੌਦਰ ਹੁਣਾਂ ਦੇ ਨਾਲ ਅੱਜ ਦੀ ਗੱਲਬਾਤ ਜਿਹੜੀ ਹੈ ਜੀ ਉਹ ਸ਼ੁਰੂ ਕਰਦਾ। ਦੌਦਰ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਮੈਂ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ, ਖਾਸ ਕਰਕੇ ਪ੍ਰਾਈਮ ਏਸ਼ੀਆ ਟੀ ਵੀ ਦਾ, ਜਿਨ੍ਹਾਂ ਨੇ ਦਰਸ਼ਕਾਂ ਦੇ ਰੂਬਰੂ ਕਰਾਇਆ, ਮਿਹਰਬਾਨੀ ਜੀ, ਧੰਨਵਾਦ। ਮੈਂ ਪ੍ਰੋਗਰਾਮ ਤੋਂ ਪਹਿਲਾਂ ਕੱਲ੍ਹ ਵੀ ਆਪਾਂ ਮਿਲੇ ਸੀ ਔਰ ਅੱਜ ਵੀ ਮਿਲੇ ਸੀ, ਔਰ ਜਿਸ ਜਿਹੜੀਆਂ ਮੈਂ ਤੁਹਾਡੀਆਂ ਕਿਤਾਬ ਵੀ ਮੈਂ ਪੜ੍ਹੀ ਹੈ, ਹਾਂਜੀ, ਮਤਲਬ ਇੰਨਾ ਕੁ ਗਿਆਨ ਤੁਹਾਡੇ ਕੋਲ ਹੈਗਾ ਇਹਦਾ। ਅੱਜ ਦਾ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਵੀ ਉਹ ਤਕਰੀਬਨ 40 ਕੁ ਮਿੰਟ ਦਾ ਸਮਾਂ ਹੈ, ਅਤੇ ਮੈਂ ਚਾਹੁੰਦਾ ਕਿ ਵੀ ਆਪਾਂ ਅੱਜ ਸਾਰੀ ਗੱਲਾਂ ਦੀ ਗਿਰੀ ਕੱਢਣੀ ਹੈ ਜੀ, ਕਿਉਂਕਿ ਤੁਹਾਡੀ ਸਮਝ ਜੋਤਿਸ਼ ਦੇ ਉੱਪਰ ਵੀ ਆ, ਔਰ ਵਾਸਤੂ ਸ਼ਾਸਤਰ ਜਿਹੜਾ ਹੈਗਾ ਜੀ, ਮੈਨੂੰ ਹਾਂਜੀ ਕੀ ਕਹਿੰਦੇ ਤੁਸੀਂ, ਵਾਸਤੂ ਸ਼ਾਸਤਰੀ, ਠੀਕ, ਵਾਸਤੂ ਸ਼ਾਸਤਰ ਸ਼ਾਸਤਰ, ਹਾਂਜੀ ਹਾਂਜੀ, ਅਤੇ ਇਹਦੇ ਬਾਰੇ ਆਪਾਂ ਅੱਜ ਗੱਲਾਂ ਕਰਨੀਆਂ ਨੇ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ, ਅਤੇ ਇਸ ਲਾਈਨ ਵੱਲ ਕਿੱਦਾਂ ਆਏ, ਕਿੱਦਾਂ ਮਨ ਦੇ ਵਿੱਚ ਆਇਆ ਕਿ ਵੀ ਇਹ ਜੋਤਿਸ਼ ਅਤੇ ਵਾਸਤੂ ਸ਼ਾਸਤਰ ਜਿਹੜਾ ਇਹ ਸਮਝਣਾ ਹੈ, ਹਾਂਜੀ ਹਾਂਜੀ, ਅਤੇ ਇਹ ਦਿਲਚਸਪੀ ਕਿਵੇਂ ਪੈਦਾ ਹੋਈ? ਸੰਧੂ ਸਾਹਿਬ, ਅਸਲ 'ਚ ਜਿਵੇਂ ਤੁਹਾਡਾ ਪਿਛੋਕੜ ਹੈ ਜਿਹੜਾ ਸਾਹਿਤਕ ਜੀ, ਕਿਉਂਕਿ ਡੈਡੀ ਦੇ ਨਾਲ ਉਹੋ ਜਿਹਾ ਘਰ 'ਚ ਮਾਹੌਲ ਸੀਗਾ ਜੀ, ਸਾਡੇ ਵੀ ਜਿਹੜਾ ਘਰੇਲੂ ਮਾਹੌਲ ਸੀ ਮੇਰੇ ਵੱਡੇ ਭਰਾ ਦੀ ਵਜ੍ਹਾ ਦੇ ਨਾਲ, ਕਿਉਂਕਿ ਨਕਸਲਾਈਟ ਧਿਰਾਂ 'ਚ ਕੰਮ ਕਰਦਾ ਸੀ, ਠੀਕ ਹੈ ਜੀ, ਅਤੇ ਸਾਡੇ ਵੀ ਜਿਹੜਾ ਮਾਹੌਲ ਸੀ ਉਹ ਤਕਰੀਬਨ ਇਨਕਲਾਬੀ ਪਰਚੇ ਆਉਂਦੇ ਸੀ ਘਰਾਂ 'ਚ, ਸਾਰਾ ਕੁਛ ਆਉਂਦਾ ਸੀ ਜੀ। ਪਰ ਜਦੋਂ ਮੈਂ ਅਧਿਆਪਕ ਹੋਣ ਦੇ ਨਾਤੇ ਕਈ ਵਾਰੀ ਤਰਕਸ਼ੀਲ ਸੁਸਾਇਟੀ ਦੀ ਸਮਝ ਲੈ ਕੇ ਕਿਸੇ ਸੈਮੀਨਾਰ 'ਚ ਜਾਂਦਾ ਸੀ ਜੀ, ਉੱਥੇ ਜੋਤਿਸ਼ ਸੰਬੰਧੀ ਕੋਈ ਗੱਲ ਕਰਦਾ ਸੀ ਜੀ, ਤਾਂ ਉਹਦੇ ਜੇ ਕੋਈ ਜੋਤਿਸ਼ ਦਾ ਜਾਣਕਾਰ ਬੈਠਾ ਹੁੰਦਾ ਸੀ ਤਾਂ ਉਹ ਕਈ ਵਾਰੀ ਇਹੋ ਜਿਹੇ ਸਵਾਲ ਕਰਦਾ ਸੀ ਜਿਹੜੇ ਸਵਾਲਾਂ ਦਾ ਪਤਾ ਨਹੀਂ ਸੀ ਹੁੰਦਾ ਜੀ, ਫਿਰ ਥੋੜ੍ਹਾ ਜਿਹਾ ਦਿਮਾਗ ਨੂੰ ਧੱਕਾ ਲੱਗਦਾ ਸੀ ਵੀ ਯਾਰ ਸਿੱਖੇ ਤੋਂ ਬਿਨਾਂ ਇਹ ਗੱਲ ਨਹੀਂ ਕਰਨੀ ਚਾਹੀਦੀ। ਫਿਰ ਮੈਂ ਮਤਲਬ ਇਹਨੂੰ ਸਿੱਖਣ ਦੀ ਕੋਸ਼ਿਸ਼ ਕੀਤੀ, ਸਿੱਖਣ ਵੇਲੇ ਮੈਂ ਫਿਰ ਇਹਦਾ ਦਾਖਲਾ ਲਿਆ ਸਪੈਸ਼ਲ, ਠੀਕ ਹੈ ਜੀ, ਦਾਖਲਾ 6 ਮਹੀਨੇ ਮੈਂ ਲੁਧਿਆਣੇ ਲਿਆ, ਅਤੇ ਉੱਥੇ ਉਹਨਾਂ ਨੇ 4500 ਰੁਪਈਆ ਮੇਰੇ ਕੋਲੋਂ ਲਿਆ ਫੀਸ ਦਾ, ਅਤੇ ਸ਼ਨੀਵਾਰ ਨੂੰ 1 ਘੰਟਾ ਅਤੇ ਐਤਵਾਰ 2 ਘੰਟੇ ਉਹ ਲਾਉਂਦੇ ਹੁੰਦੇ ਸੀ। ਕਈ ਵਾਰੀ ਸੁਣਨ ਦੇ ਵਿੱਚ ਇਹ ਵੀ ਮਿਲਦਾ ਹੁੰਦਾ ਨਾ ਕਿ ਫਲਾਣਾ ਬੰਦਾ ਕਹਿੰਦਾ ਵੈ ਜੋਤਿਸ਼ ਦੀ ਐਮ ਏ ਕੀਤੀ ਹੈ, ਸੋ ਇਸ ਤਰੀਕੇ ਦਾ ਵੀ ਕੋਈ, ਬਿਲਕੁਲ, ਗੋਲਡ ਮੈਡਲਿਸਟ ਅਤੇ ਹੋਰ ਸਾਰਾ ਕੁਛ ਹੀ ਇਹਦੇ 'ਚ ਪਿਆ। ਪਰ ਮੇਰੇ ਇੱਕ ਤੁਹਾਨੂੰ ਮੈਂ ਹੋਰ ਉਹ ਚਲੋ ਆਪਾਂ ਨੂੰ ਫਿਰ ਕਰਨੀ ਚਾਹੀਦੀ, ਪਰ ਮੈਂ ਗੱਲ ਹੁਣੇ ਹੀ ਕਰ ਦਿੰਦਾ ਜੀ, ਇਹਨਾਂ ਗੋਲਡ ਮੈਡਲਿਸਟਾਂ ਨੂੰ ਸਾਰਿਆਂ ਨੂੰ ਅਸੀਂ ਪਰਖਿਆ ਹੋਇਆ, ਪਰਖਿਆ ਕਿਵੇਂ ਆ ਵੀ ਇੱਕ ਢੁੱਡੀ ਕੇ ਦਾ ਜੋਤਿਸ਼ੀ ਹੈ ਅਮਰਜੀਤ ਜੀ, ਉਹ ਸਾਡਾ ਗੁਆਂਢੀ ਹੈ, ਇੱਕ ਸਾਡੇ ਪ੍ਰਿੰਸੀਪਲ ਹੈ ਮਹਿਣੇ ਤੋਂ, ਉਹ ਵੀ ਇੱਕ ਜੋਤਿਸ਼ੀ ਆ, ਉਹ ਸਕੂਲ 'ਚ ਵੀ ਕਈ ਵਾਰੀ ਜਨਮ ਕੁੰਡਲੀਆਂ ਸਾਰੇ ਅਧਿਆਪਕਾਂ ਦੀਆਂ ਬਣਾਈ ਬੈਠਾ ਜੀ। ਇਹਨਾਂ ਸਾਰਿਆਂ ਨੂੰ ਅਤੇ ਨਾਲ ਹੀ ਜਿਹੜੇ ਚੈਨਲਾਂ 'ਤੇ ਬੈਠਦੇ ਆ ਜੋਤਿਸ਼ੀ, ਉਹਨਾਂ ਸਾਰਿਆਂ ਨੂੰ ਅਸੀਂ ਰਜਿਸਟਰਡ ਲੈਟਰ ਕੱਢੇ ਜੀ ਵੀ ਅਸੀਂ ਇੱਕ ਪਰਖ ਕਰਨ ਲੱਗੇ ਹਾਂ, ਠੀਕ ਹੈ, ਉਹਦੇ 'ਚ ਬਿਲਕੁਲ ਤੁਹਾਡਾ ਮਾਨ ਸਨਮਾਨ ਹੋਊਗਾ, ਕਿਸੇ ਕਿਸਮ ਦਾ ਉੱਥੇ ਸੰਵਾਦ ਰਚਾਇਆ ਜਾਊਗਾ, ਨਾ ਵਾਦ ਵਿਵਾਦ ਹੋਊਗਾ ਨਾ ਪ੍ਰਵਚਨ ਹੋਣਗੇ, ਠੀਕ ਹੈ ਜੀ, ਉੱਥੇ ਆਪਾਂ ਸੰਵਾਦ ਦੀ ਮੇਜ਼ 'ਤੇ ਬੈਠਾਂਗੇ, ਤੁਸੀਂ ਆਪਦੀਆਂ ਦਲੀਲਾਂ ਦਿਓ, ਅਸੀਂ ਆਪਦੀਆਂ ਦਲੀਲਾਂ ਦੇਵਾਂਗੇ ਜੀ, ਅਤੇ ਤੁਹਾਨੂੰ 50 ਲੱਖ ਰੁਪਈਏ ਦਾ ਇਨਾਮ ਵੀ ਦਿੱਤਾ ਜਾਊਗਾ। ਅੱਛਾ, ਜੇ ਤੁਸੀਂ ਉਹਨਾਂ ਦਲੀਲਾਂ 'ਚ ਜਿਹੜੀਆਂ ਅਸੀਂ ਤੁਹਾਨੂੰ ਸਵਾਲ ਪਾਵਾਂਗੇ, ਜੇ ਜਿੱਤਦੇ ਹਾਂ ਤਾਂ ਜੀ, ਇੱਕ ਵੀ ਜੋਤਿਸ਼ੀ ਉੱਥੇ ਹਾਜ਼ਰ ਨਹੀਂ ਹੋਇਆ, ਠੀਕ ਹੈ, ਅਸੀਂ ਸਾਰਿਆਂ ਨੂੰ ਰਜਿਸਟਰਡ ਲੈਟਰ ਪਾ ਕੇ ਸੱਦਿਆ ਸੀ ਜੀ। ਮਤਲਬ ਇਹ ਜਦੋਂ ਆਪਾਂ ਇਹਨਾਂ ਦੀ ਪਰਖ ਦੀ ਘੜੀ ਪਰਖ ਕਰਦੇ ਹਾਂ ਨਾ, ਕਿਉਂਕਿ ਹੁਣ ਤੁਸੀਂ ਵਿਗਿਆਨ ਦੀ ਗੱਲ ਲੈ ਲਓ, ਵਿਗਿਆਨ ਦੇ ਕਿਸੇ ਅਧਿਆਪਕ ਨੂੰ ਤੁਸੀਂ ਵਿਗਿਆਨ ਦਾ ਕੋਈ ਫਾਰਮੂਲਾ ਦੇ ਦਿਓ, ਉਹਨੂੰ ਕਹਿ ਵੀ ਇਹ ਸਾਬਤ ਕਰਕੇ ਦਿਖਾ, ਤੇ ਉਹ ਅਧਿਆਪਕ ਵੀ ਦਿਖਾ ਦੂਗਾ, ਜਿਹੜਾ ਵਿਗਿਆਨ ਦਾ ਵਿਦਿਆਰਥੀ ਹੈ ਜਿਹਨੇ ਉਹ ਫਾਰਮੂਲਾ ਅਪਣਾਇਆ ਹੋਇਆ ਜਾਂ ਪਰਖਿਆ ਹੋਇਆ, ਉਹ ਵੀ ਤੁਹਾਨੂੰ ਕਰਕੇ ਵਿਖਾ ਦੂਗਾ ਜੀ। ਇਹ ਫਿਲੋਸਫੀ ਇੱਕ ਇਹੋ ਜਿਹੀ ਫਿਲੋਸਫੀ ਹੈ ਜਿਹੜੀ ਪਰਖ 'ਚ ਪੂਰੀ ਨਹੀਂ ਉਤਰਦੀ, ਬਸ ਜਦੋਂ ਆਪਾਂ ਇਹਨਾਂ ਦੀ ਪਰਖ ਦੀ ਕਰਦੇ ਹਾਂ ਨਾ ਕੋਈ ਗੱਲ, ਉਦੋਂ ਇਹ ਜਵਾਬ ਦੇ ਜਾਂਦੇ ਹੈ। ਆਹੀ ਵੱਡਾ ਮਸਲਾ, 100 ਹੱਥ ਰੱਸਾ ਸਿਰੇ 'ਤੇ ਗੱਢਣ ਵਾਲੀ ਗੱਲ ਮੈਂ ਤੁਹਾਡੇ ਕੋਲ ਪੁੱਛਣ ਲੱਗਾ ਹੈ ਕਿ
ਕਹਿਣ ਦਾ ਭਾਵ ਹੈ ਵੀ ਜਿਹੜਾ ਇਹ ਜੋਤਿਸ਼ ਵਿੱਦਿਆ ਹੈਗੀ ਹੈ, ਜਿਹੜੇ ਇੰਨਾ ਪ੍ਰਚਾਰ ਕੀਤਾ ਜਾ ਰਿਹਾ ਦੁਨੀਆਂ ਦੇ ਵਿੱਚ, ਸੋ ਇਹ ਕਿਤੇ ਸਟੈਂਡ ਨਹੀਂ ਕਰਦੀ, ਮਤਲਬ ਜਿਹਨੂੰ ਕਹਿ ਲਏ ਵੀ ਜਮਾਂ ਹੀ ਫੇਲ ਹੈ ਜੀ ਇਹ। ਦੇਖੋ ਇਹਨੂੰ ਇਹ ਵਿਗਿਆਨ ਦਾ ਚੋਲਾ ਪਵਾ ਕੇ ਪੇਸ਼ ਕਰਦੇ ਆ, ਦੂਜਾ ਜਿੰਨਾ ਬਾਬਾ ਵਾਦ ਲਾ ਲਓ ਤੁਸੀਂ ਹੋਰ ਲਾ ਲਓ, ਉਹਦੇ ਵਿਗਿਆਨ ਦਾ ਚੋਲਾ ਨਹੀਂ ਪਾਉਂਦੇ। ਇੱਕੋ ਇੱਕ ਇਹ ਹੈ ਜਿਹਦੇ ਵਿਗਿਆਨ ਦਾ ਚੋਲਾ ਪਵਾ ਕੇ ਪੇਸ਼ ਕਰਦੇ ਆ ਵੀ ਇਹ ਵਿਗਿਆਨ ਹੈ, ਜੇ ਵਿਗਿਆਨ ਹੈ ਤਾਂ ਸਾਡੀ ਜਿਹੜੀ ਸਾਡਾ ਸਾਨੂੰ ਇਹਦੇ ਸਬੂਤ ਦੇਣੇ ਪੈਣਗੇ ਜਿਹੜੇ ਅਸੀਂ ਮੰਗਦੇ ਹਾਂ, ਕਿਉਂਕਿ ਵਿਗਿਆਨ ਤਾਂ ਖੜ੍ਹਾ ਹੀ ਸਬੂਤਾਂ 'ਤੇ। ਅਤੇ ਇਹ ਕਹਿੰਦੇ ਹੁੰਦੇ ਨੇ ਨਾ ਵੀ ਪੰਡਿਤ ਲੋਕ ਕਿ ਵੀ ਇਹ ਫਲਾਣੇ ਤੇਰੇ ਘਰ 'ਚ ਆ ਰਾਹੂ ਬੈਠਾ ਅਤੇ ਤੂੰ ਮੰਗਲੀਕ ਆ, ਸ਼ਨੀ ਦੀ ਗ੍ਰਹਿ ਦਸ਼ਾ ਚੱਲ ਰਹੀ ਹੈ ਤੇਰੇ 'ਤੇ, 60 ਸਦੀ ਚੱਲ ਰਹੀ ਹੈ, ਕੀ ਚੀਜ਼ਾਂ ਹੁੰਦੀਆਂ ਅਤੇ ਬੜੇ ਖਾਨੇ ਖੂਨੇ ਜਿਹੇ ਬਾਏ ਹੁੰਦੇ ਨੇ ਉੱਥੇ। ਜਿਹੜੀ ਸ਼ਨੀ ਵਾਲੀ ਦੂਜੀ ਮੰਗਲੀਕ ਵਾਲੀ ਗੱਲ ਆ ਉਹ ਤਾਂ ਮੈਂ ਤੁਹਾਨੂੰ ਇੱਕ ਸਮਝਾ ਹੀ ਦਿੰਦਾ, ਮੈਂ ਗੱਲ ਕਰ ਵੀ ਆਪਾਂ ਪਹਿਲਾਂ ਉਹਦੀ ਫੋਟੋ ਨਹੀਂ ਲੈ ਸਕੇ, ਹੁਣ ਚੰਗਾ ਹੁੰਦਾ ਜੇ ਆਪਾਂ ਉਹਦੀ ਫੋਟੋ ਲੈ ਲੈਂਦੇ ਪਹਿਲਾਂ। ਅਤੇ ਇਹ ਇੱਕ ਮੇਰੇ ਕੋਲ ਨਾ ਜਨਮ ਕੁੰਡਲੀ ਬਣਾਈ ਹੋਈ ਆ ਮੰਗਲੀਕ ਦੇ ਹਿਸਾਬ ਨਾਲ, ਵੈਸੇ ਆਪਾਂ ਗੱਲ ਫੇਰ ਕਰਨੀ ਸੀ ਲੇ, ਪਰ ਹੁਣ ਆਪਾਂ ਸ਼ੁਰੂ ਹੀ ਇਸ ਤੋਂ ਕਰ ਦਿੰਦੇ ਜੀ। ਮੈਂ ਸਿਰਫ ਦਰਸ਼ਕਾਂ ਨੂੰ ਸੰਬੋਧਨ ਕਰਕੇ, ਪੁੱਤਰ ਜੇ ਥੋੜ੍ਹਾ ਜਿਹਾ ਤੇ ਹੋ ਸਕਦਾ ਹੋਇਆ ਤਾਂ ਫੋਕਸ ਕਰਿਓ ਜੀ। ਇਹਦੇ 'ਤੇ ਮੈਂ ਦੋ ਜਨਮ ਕੁੰਡਲੀਆਂ ਬਣਾਈਆਂ, ਦਰਸ਼ਕਾਂ ਨੂੰ ਸੰਬੋਧਨ ਕਰਕੇ ਮੈਂ ਦਿਖਾਉਣਾ। ਇਹ ਦੋਵੇਂ ਜਨਮ ਕੁੰਡਲੀਆਂ ਇੱਕ ਸਮੇਂ ਦੀਆਂ ਬਣਾਈਆਂ ਹੋਈਆਂ, ਇਹਨਾਂ ਦਾ ਮੈਂ ਸਮਾਂ ਸਥਾਨ, ਜੇ ਕੋਈ ਜੋਤਸ਼ੀ ਸਾਥੀ ਵੇਖਦਾ ਹੈ ਜਾਂ ਜੋਤਸ਼ੀਆਂ ਦਾ ਕੋਈ ਸਮਰਥਕ ਬੈਠਾ ਹੈ, ਉਹਨਾਂ ਦਾ ਅਨਿਆਈ ਬੈਠਾ ਹੈ ਜਿਹਨੂੰ ਆਪਦੇ ਜੋਤਸ਼ੀ 'ਤੇ ਬਹੁਤ ਜ਼ਿਆਦਾ ਯਕੀਨ ਹੈ, ਉਹ ਇਹ ਸਾਡੀਆਂ ਜਿਹੜੀਆਂ ਆ ਸਮਾਂ ਸਥਾਨ ਅਤੇ ਇਹਨਾਂ ਜਨਮ ਕੁੰਡਲੀਆਂ ਨੂੰ ਸਾਰੀਆਂ ਨੂੰ ਨੋਟ ਕਰਕੇ ਸਾਡੇ ਨਾਲ ਇੱਕ ਘੰਟੇ ਦਾ ਸਾਡਾ ਪ੍ਰੋਗਰਾਮ ਹੈ, ਇਹਦੇ 'ਤੇ ਪ੍ਰਸ਼ਨ ਉੱਤਰ ਕਰ ਸਕਦਾ। ਜੇ ਉਹ ਫਿਰ ਕਿਸੇ ਦਿਨ, ਮੈਂ 10 ਅਪ੍ਰੈਲ ਤੱਕ ਇੱਥੇ ਹੈ, ਸਾਰੇ ਬ੍ਰਹਮਪਟਨ ਦੇ ਜੋਤਸ਼ੀ ਇਕੱਠੇ ਹੋ ਕੇ ਮੈਨੂੰ ਕਿਤੇ ਬੁਲਾਉਣ, ਮੈਂ ਉੱਥੇ ਆਉਣ ਨੂੰ ਤਿਆਰ ਹਾਂ। ਜੇ ਉਹਨਾਂ ਨੇ ਆਪਦੇ ਵੱਲੋਂ ਕੋਈ ਪ੍ਰੋਗਰਾਮ ਰੱਖਣਾ ਅਸੀਂ ਉੱਥੇ ਆਉਣ ਨੂੰ ਤਿਆਰ ਹਾਂ। ਜੇ ਇਹਨਾਂ ਦਾ ਉਹ ਜਵਾਬ ਉਹਨਾਂ ਕੋਲ ਹੈ ਤਾਂ ਉਹ ਜਵਾਬ ਸਾਨੂੰ ਜ਼ਰੂਰ ਦੇਣ, ਕਿਉਂਕਿ ਉਹਨਾਂ ਦੇ ਫਲਸਫੇ 'ਤੇ ਸਵਾਲ ਹੈ। ਹੁਣ ਮੈਂ ਸਵਾਲ ਕਰਨ ਲੱਗਾ, ਇਹਦੇ 'ਚ ਹੈਗਾ ਦੋ ਜਨਮ ਕੁੰਡਲੀਆਂ ਬਣਾਈਆਂ, ਇੱਕ ਬੀ ਬੀ ਰਮਨ ਦੀ ਜਨਮ ਕੁੰਡਲੀ ਹੈ, ਇੱਕ ਐਨ ਸੀ ਲਹਿਰੀ ਦੀ ਜਨਮ ਕੁੰਡਲੀ ਹੈ। ਇਹ ਜਨਮ ਕੁੰਡਲੀ ਨੂੰ ਬਣਾਉਣ ਦੇ ਦੋ ਸੌਫਟਵੇਅਰ ਹੈ ਜੀ। ਇਹ ਦੋਨੇ ਜਨਮ ਕੁੰਡਲੀਆਂ ਇੱਕੋ ਹੀ ਬੱਚੇ ਦੀਆਂ, ਠੀਕ ਹੈ। ਬੱਚੇ ਦਾ ਨਾਮ ਹੈ ਰੱਖਿਆ ਬ੍ਰਹਮਪਟਨ, ਕਿਉਂਕਿ ਬ੍ਰਹਮਪਟਨ 'ਚ ਜੰਮਿਆ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ, ਉਹਦਾ ਨਾਂ ਹੀ ਬ੍ਰਹਮਪਟਨ ਰੱਖਤਾ। ਠੀਕ ਹੈ। ਫਿਰ ਮਿਤੀ ਹੈ 3 ਅਪ੍ਰੈਲ 2019, ਸਮਾਂ ਹੈਗਾ 11:45 AM ਸਵੇਰ ਦਾ, ਕੱਲ੍ਹ ਦੀ ਹੈ ਜੀ। ਇਸ ਇਹਦੇ 'ਚ ਮਤਲਬ ਜਿਹੜਾ ਉਤਲੀ ਬੀ ਵੀ ਰਮਨ ਦੀ ਜਨਮ ਕੁੰਡਲੀ ਹੈ ਉਹਦੇ 'ਚ ਕਰਕ ਲਗਨ ਵਿਖਾਇਆ ਇਹਨਾਂ ਨੇ, ਜਿਹੜੀ ਥੱਲੇ ਵਾਲੀ ਜਨਮ ਕੁੰਡਲੀ ਹੈ ਉਹਦੇ 'ਚ ਮਿਥਨ ਲਗਨ ਵਿਖਾਇਆ। ਇਹਦੇ 'ਚ ਫਰਕ ਕੀ ਪਿਆ? ਇਸ ਪੜ੍ਹਤ ਮੁਤਾਬਕ ਜਿਹੜਾ ਲਗਨ ਦਾ ਘਰ ਹੈ ਨਾ, ਇੱਥੇ ਵੇਖੋ 4 ਨੰਬਰ ਲਿਖਿਆ, 4 ਨੰਬਰ ਲਿਖਿਆ। ਜਿਹੜਾ ਆਹ ਲਗਨ ਦਾ ਘਰ ਹੈ ਇੱਥੇ 3 ਨੰਬਰ ਲਿਖਿਆ। ਥੋੜ੍ਹੀ ਜਿਹਾ ਤੁਸੀਂ ਇੱਧਰ ਕੈਮਰੇ ਵੱਲ ਵੀ ਦਿਖਾਇਓ ਜੀ। ਹਾਂ, ਕੈਮਰੇ ਵੱਲ ਹੀ ਦਿਖਾਉਣਾ। ਦੇਖੋ ਜਿਹੜਾ ਲਗਨ ਦਾ ਘਰ ਹੈ ਬੀ ਬੀ ਰਮਨ ਦਾ, ਇਹਦੇ 'ਚ ਆਹ ਜਿਹੜਾ ਦਿਖਾਇਆ ਹੋਇਆ ਲਗਨ ਦਾ ਘਰ ਹੈ ਸਾਡਾ, ਇਹਦੇ 'ਚ 4 ਨੰਬਰ ਅੰਕ ਲਿਖਿਆ ਹੋਇਆ। ਜੇ ਦਰਸ਼ਕਾਂ ਨੂੰ, ਕਿਉਂਕਿ ਅਸੀਂ ਕਰ ਰਹੇ ਹਾਂ ਕੋਸ਼ਿਸ਼ ਵੀ ਤੁਹਾਡੇ ਤੱਕ ਇਹ ਗੱਲ ਪਹੁੰਚੇ, ਕਿ ਆ ਜਿਹੜੀ ਥੱਲੇ ਵਾਲੀ ਜਨਮ ਕੁੰਡਲੀ ਇਹਦੇ 'ਚ 3 ਨੰਬਰ ਦਿੱਤਾ ਹੋਇਆ ਜੀ, ਇਹਦੇ 'ਚ 3 ਨੰਬਰ ਹੈ। ਇਹ ਜਿਹੜਾ 4 ਅਤੇ 3 ਨੰਬਰ ਹੈ ਇਹ ਜੋਤਸ਼ੀਆਂ ਦੀ ਟੋਟਲੀ ਪੜਤ ਬਦਲ ਦਿੰਦਾ, ਜਦੋਂ ਕਿ ਦੋਨਾਂ ਜਨਮ ਕੁੰਡਲੀਆਂ 'ਚ ਸਮਾਂ ਸਥਾਨ ਅਤੇ ਜਿਹੜਾ ਮਿਤੀ ਆ ਉਹ ਇੱਕੋ ਹੈ। ਹੁਣ ਪੜਤ ਕੀ ਬਦਲੀ ਹੈ? ਆਹ ਜਿਹੜਾ ਬੰਦਾ ਇਹ ਕਹਿੰਦਾ ਵੀ ਇਹ ਮੰਗਲੀਕ ਹੈ ਬੱਚਾ, ਬ੍ਰਹਮਪਟਨ ਜੀ ਦਾ ਨਾਂ ਰੱਖਿਆ ਆਪਾਂ, ਆਹ ਕਹਿੰਦਾ ਮੰਗਲੀਕ ਨਹੀਂ। ਇਹਦੇ ਮੁਤਾਬਕ ਵਿਆਹ 'ਚ ਬਹੁਤ ਉਥਲ ਪੁਥਲ ਹੋਰ ਸਾਰਾ ਕੁਛ ਹੋ ਸਕਦਾ, ਅਤੇ ਇਹ ਜਿਹੜਾ 7 ਨੰਬਰ ਹੈ ਇਹਦੇ 'ਚ ਮਤਲਬ ਪਲੂਟੋ ਇਕੱਲਾ ਬੈਠਾ, ਹੋਰ ਕੋਈ ਗ੍ਰਹਿ ਹੈ ਨਹੀਂ। ਮਤਲਬ ਇਹ ਹੈ ਵੀ ਅਸਲ 'ਚ ਜਦੋਂ ਆਪਾਂ ਇਹਨਾਂ ਨੂੰ, ਤਾਹੀਓ ਮੈਂ ਕਹਿੰਦਾ ਨਾ ਵੀ ਜਿੱਦੇ ਮੇਜ਼ 'ਤੇ ਬੈਠਦੇ ਆ, ਮੇਜ਼ 'ਤੇ ਬੈਠਣ ਨੂੰ ਕੋਈ ਤਿਆਰ ਨਹੀਂ, ਸਾਡੇ ਨਾਲ ਸੰਵਾਦ ਰਚਾਉਣ ਨੂੰ ਤਿਆਰ ਨਹੀਂ, ਕਿਉਂਕਿ ਜਦੋਂ ਕੋਈ ਇਹਨਾਂ ਦੀ ਸਮਝ ਵਾਲਾ ਬੰਦਾ, ਮੈਂ 3 ਅਤੇ 4 ਮਈ 2008 ਨੂੰ ਜੋਤਿਸ਼ ਸੰਮੇਲਨ 'ਚ ਇੱਕ 'ਚ ਗਿਆ ਸੀ, ਉਸ ਸੰਮੇਲਨ 'ਚ ਜਿਹੜੇ ਮੈਂ ਸਵਾਲ ਕੀਤੇ ਸੀ, ਹੁਣ ਮੈਂ ਉਹ ਸਵਾਲ ਕਰਨ ਲੱਗਾ। ਜੇ ਜੋਤਿਸ਼ੀ ਸਾਹਿਬਾਨ ਕੋਈ ਹੈ ਨੇੜੇ ਤਾਂ ਜ਼ਰੂਰ ਸਾਡੀ ਇਹ ਗੱਲ ਨੂੰ ਮਤਲਬ ਆਪਦੇ ਆਪ ਦਾ ਜਿਹੜਾ ਕੋਈ ਜਵਾਬ ਦੇਣਾ ਉਹ ਤਿਆਰ ਕਰ ਲਵੇ, ਸਾਡੇ ਕੋਲ ਟਾਈਮ ਹੈਗਾ। ਹੁਣ ਉੱਥੇ ਮੈਂ ਕੀ ਸਵਾਲ ਕੀਤੇ, 3 ਅਤੇ 4 ਮਈ 2008 ਨੂੰ ਤਕਰੀਬਨ 200 ਜੋਤਸ਼ੀ, ਠੀਕ ਹੈ, ਸਾਰੇ ਭਾਰਤ 'ਚੋਂ ਆਇਆ ਹੋਇਆ ਸੀ, ਠੀਕ ਹੈ। ਮੈਂ ਉੱਥੇ ਗਿਆ ਸਿਰਫ ਇਸ ਕਰਕੇ, ਮੈਂ ਇੱਕ ਜੋਤਸ਼ੀ ਬਣ ਕੇ ਗਿਆ, ਕਿਉਂਕਿ ਉੱਥੇ ਐਂਟਰੀ ਨਹੀ�ं ਸੀ ਉਹਨਾਂ ਨੇ ਦੇਣੀ, ਗੁਰੂ ਜੀ ਜਿਹੜੇ ਵਿਚਾਰਾਂ ਵਾਲਾ ਉਹਨਾਂ ਨੂੰ ਐਂਟਰੀ ਨਹੀਂ ਦਿੰਦੇ। ਆਹੀ ਕਿਤਾਬ ਮੇਰੇ ਕੋਲ ਜਿਹੜੀ ਜੋਤਿਸ਼ ਦਾ ਐਕਸਰੇ ਆ ਪਈ ਆ, ਜੋਤਿਸ਼ ਭਾਰਤੀ ਜੋਤਿਸ਼ ਮੇਰੇ ਕੋਲ ਕਿਤਾਬ ਫੜੀ ਵੀ ਸੀ, ਠੀਕ ਹੈ, ਹਿੰਦੀ ਦੀਆਂ 2 ਕਿਤਾਬਾਂ ਹੋਰ ਸੀ। ਇਹਨਾਂ ਕਿਤਾਬਾਂ ਨੂੰ ਮੈਂ ਹੱਥ 'ਚ ਲੈ ਕੇ ਜਦੋਂ ਅੰਦਰ ਵੜਿਆ ਤਾਂ ਅੰਦਰ ਉਹ ਨਾ ਮਤਲਬ ਐਂਟਰੀ ਕਰਨ ਵੇਲੇ ਰਜਿਸਟਰੇਸ਼ਨ ਕਰਦੀ ਸੀ, ਉੱਥੇ ਜਦੋਂ ਮੈਂ ਆਪਦੀ ਰਜਿਸਟਰੇਸ਼ਨ ਕਰਾਈ ਅਤੇ ਮੇਰੇ ਨਾਲ ਇੱਕ ਸਾਥੀ ਹੋਰ ਸੀ, ਅਤੇ ਮੈਂ ਜੋਤਿਸ਼ੀ ਦੱਸ ਕੇ ਅੰਦਰ ਗਿਆ ਅਤੇ ਉੱਥੇ ਜਿਹੜੀ ਫੀਸ ਉਹਨਾਂ ਨੇ ਲੈਣੀ ਸੀ ਉਹ ਦਿੱਤੀ। ਕਿਹੜੇ ਸ਼ਹਿਰ ਦੀ ਗੱਲ ਸੀ? ਇਹ ਫਿਰੋਜ਼ਪੁਰ ਦੀ ਗੱਲ, ਫਿਰੋਜ਼ਪੁਰ ਦੇ ਵਿੱਚ 3 ਅਤੇ 4 ਮਈ 2008 ਨੂੰ, ਠੀਕ ਹੈ ਜੀ। ਉੱਥੇ ਇੱਕ ਹਾਲ ਹੈ, ਮੇਰਾ ਹਾਲ ਦਾ ਨਾਂ ਭੁੱਲ ਗਿਆ, ਉਹਦਾ ਮਤਲਬ ਉਸ ਹਾਲ ਦੇ ਵਿੱਚ ਸੀਗਾ ਪ੍ਰੋਗਰਾਮ ਜੀ। ਅੱਛਾ, ਉੱਥੇ ਮੈਂ ਇਹਨਾਂ ਨੂੰ ਸਵਾਲ ਕੀਤੇ ਸੀ, ਮੈਂ ਕਿਹਾ ਜੀ ਤੁਸੀਂ ਕਹਿੰਦੇ ਹੈ ਵੀ ਜੇਕਰ ਇੱਕ ਬੱਚੇ ਦੀ ਜਨਮ ਕੁੰਡਲੀ ਦੇ ਵਿੱਚ 8ਵੇਂ ਘਰ ਦੇ ਵਿੱਚ ਸ਼ਨੀ ਅਤੇ ਰਾਹੂ ਹੋਣ, ਦੂਜੇ ਘਰ ਦੇ ਵਿੱਚ
ਚੰਦਰਮਾ ਦੀ ਸਥਿਤੀ ਕਮਜ਼ੋਰ ਹੋਵੇ ਤਾਂ ਉਹ ਬੱਚਾ ਇੱਕ ਸਾਲ ਦੇ ਵਿੱਚ ਵਿੱਚ ਮਰ ਜਾਂਦਾ, ਜੋਤਿਸ਼ ਕਹਿੰਦਾ, ਮੈਂ ਨਹੀਂ ਕਹਿੰਦਾ। ਤੁਹਾਡੇ ਸਵਾਲ ਜਵਾਬ ਉੱਥੇ ਇਹ ਜੋਤਿਸ਼ੀਆਂ ਦੇ ਨਾਲ ਹੋਏ, ਜੋਤਿਸ਼ੀਆਂ ਦੇ ਨਾਲ, ਉਹਨਾਂ ਨੇ ਇਹਨਾਂ ਸਵਾਲਾਂ ਦਾ ਕੀ ਜਵਾਬ ਦਿੱਤਾ ਇਹ ਵੀ ਤੁਹਾਡੇ ਕੋਲ ਜਾਣਗੇ। ਥੋੜਾ ਜਿਹਾ ਤੁਸੀਂ ਗੱਲ ਵਿਸਥਾਰ ਦੇ ਨਾਲ ਕਰ ਦੋਗੇ ਤੇ ਜ਼ਿਆਦਾ ਜਿਹੜੀ ਹੈ ਵੀ ਸਮਝ ਪਏਗੀ, ਤੇ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਸੋ ਬ੍ਰੇਕ ਤੋਂ ਬਾਅਦ ਪੜਦੇ ਆ। ਸੁਰਜੀਤ ਦੌਦਰ ਹੁਣੀ ਬਿਲਕੁਲ ਜੀ ਤਰਕ ਦੀ ਸਾਣ ਦੇ ਉੱਪਰ ਗੱਲਬਾਤ ਕਰ ਰਹੇ ਆ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਜ਼ਰੂਰ ਵੇਖਣਾ, ਤੇ ਜਿਹੜੇ ਇਸ ਅੰਧ ਵਿਸ਼ਵਾਸ ਜੋਤਿਸ਼ ਦੇ ਵਿੱਚ ਫਸੇ ਹੋਏ ਨੇ ਤੇ ਐਵੇਂ ਖਾਮ ਖਾਸ ਜੋਤਿਸ਼ੀਆਂ ਨੂੰ ਪੈਸੇ ਲੁਟਾ ਰਹੇ ਨੇ, ਸ਼ਾਇਦ ਉਹ ਬਚ ਸਕਣ ਔਰ ਉਹਨਾਂ ਨੂੰ ਕੁਝ ਸਮਝ ਆ ਸਕੇ। ਸੋ ਇਸ ਵਕਫੇ ਤੋਂ ਬਾਅਦ ਮਿਲਦੇ ਹਾਂ ਜੀ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ, ਔਰ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਰਜੀਤ ਦੌਦਰ ਹੁਣੀ ਹਾਜ਼ਰ ਨੇ, ਔਰ ਉਹ ਦੱਸ ਰਹੇ ਸੀ, ਇੱਕ ਸਵਾਲ ਮੈਂ ਇਹਨਾਂ ਨੂੰ ਕੀਤਾ ਸੀ ਔਰ ਉਹਦਾ ਜਵਾਬ ਇਹ ਦੇ ਰਹੇ ਸੀ। ਜਦੋਂ ਤੁਸੀਂ ਦੱਸ ਰਹੇ ਸੀ ਕਿ ਫਿਰੋਜ਼ਪੁਰ ਇੱਕ ਸੰਮੇਲਨ ਹੋਇਆ ਤੇ ਉੱਥੇ 200 ਦੇ ਕਰੀਬ ਜੋਤਿਸ਼ੀ ਪੁੱਜੇ, ਤਾਂ ਤੁਸੀਂ ਉਹਨਾਂ ਨੂੰ ਸਵਾਲ ਕੀਤਾ, ਜਿਹੜਾ ਸਵਾਲ ਸੀਗਾ ਉਹ ਵੀ ਤੁਸੀਂ ਦੱਸੋ ਤੇ ਜਵਾਬ ਵੀ ਦੱਸੋ ਵੀ ਕੀ ਸਵਾਲ ਕੀਤਾ ਤੇ ਉਹਨਾਂ ਨੇ ਕੀ ਜਵਾਬ ਦਿੱਤਾ। ਸਵਾਲ ਮੈਂ ਇਹ ਕੀਤਾ ਸੀ ਵੀ ਤੁਹਾਡਾ ਜੋਤਿਸ਼ ਆਪਣਾ ਕਹਿੰਦਾ ਵੀ 8ਵੇਂ ਘਰ ਦੇ ਵਿੱਚ ਆਹ ਗ੍ਰਹਿ ਹੋਣ, ਸ਼ਨੀ ਤੇ ਰਾਹੂ ਹੋਣ, ਤੇ ਦੂਜੇ ਘਰ ਦੇ ਵਿੱਚ ਚੰਦਰਮਾ ਦੀ ਸਥਿਤੀ ਕਮਜ਼ੋਰ ਹੋਵੇ ਤਾਂ ਬੱਚਾ ਇੱਕ ਸਾਲ ਦੇ ਵਿੱਚ ਵਿੱਚ ਮਰ ਜਾਂਦਾ। ਉਹਦਾ ਇਹ ਕਾਰਨ ਦੱਸਦੇ ਆ ਵੀ ਉਹ ਸ਼ਨੀ ਹੈ ਜਿਹੜਾ ਉਹਨੂੰ ਰਾਹੂ ਨੇ ਉਹਦੇ ਪਿਛਲੇ ਜਨਮਾਂ ਦਾ ਲੇਖਾ ਸੁਣਾਤਾ ਵੀ ਇਹ ਬੰਦਾ ਬੜਾ ਖਤਰਨਾਕ ਸੀ, ਚੋਰੀਆਂ ਕਰਦਾ ਸੀ, ਠੱਗੀਆਂ ਕਰਦਾ ਸੀ, ਮਤਲਬ ਜੋੜੀ ਤਾਂ ਉਸ ਨਾਲ। ਪਹਿਲਾਂ ਮੈਂ ਇੱਥੇ ਤੁਹਾਡੇ ਕੋਈ ਗੱਲ ਪੁੱਛਣਾ ਚਾਹੁੰਦਾ, ਮਾਫ਼ ਕਰਨਾ, ਵੀ ਇਹ ਸ਼ਨੀ ਨੂੰ ਬੜਾ ਹਊਆ ਬਣਾਇਆ, ਦਰਅਸਲੇ ਸ਼ਨੀ ਗ੍ਰਹਿ ਇੰਨਾ ਖਤਰਨਾਕ ਕਿਉਂ ਮੰਨਿਆ ਜਾਂਦਾ ਜੀ? ਖਤਰਨਾਕ ਤਾਂ ਅਸਲ ਹਰ ਕਿਸੇ ਨਾ ਕਿਸੇ ਵਾਸਤੇ, ਕੋਈ ਨਾ ਕੋਈ ਗ੍ਰਹਿ ਕਿਸੇ ਨਾ ਕਿਸੇ ਘਰ 'ਚ ਕਿਸੇ ਨਾ ਕਿਸੇ ਰਾਸ਼ੀ 'ਚ ਜਾ ਕੇ ਹਰੇਕ ਹੀ ਖਤਰਨਾਕ ਆ। ਠੀਕ ਹੈ ਜੀ, ਕੋਈ ਗ੍ਰਹਿ ਚੰਗਾ ਨਹੀਂ ਇਹਨਾਂ ਨੇ ਦੱਸਿਆ। ਜੇ ਇੱਥੇ ਬੈਠਾ ਤਾਂ ਐਂ ਖਤਰਨਾਕ ਆ, ਜੇ ਇੱਥੇ ਬੈਠਾ ਤਾਂ ਐਂ ਖਤਰਨਾਕ ਆ, ਇੱਥੇ ਬੈਠਾ ਤੁਸੀਂ ਪੜ੍ਹਾਈ ਕਰੋਗੇ, ਇੱਥੇ ਬੈਠੇ ਨਹੀਂ। ਸ਼ਨੀ ਤਾਂ ਥੋੜ੍ਹਾ ਜਿਹਾ ਜ਼ਿਆਦਾ ਡਰਾ ਦਿੰਦੇ ਆ। ਅੱਛਾ ਜੀ, ਜਿਹੜਾ ਮੈਂ ਉੱਥੇ ਸਵਾਲ ਕੀਤਾ ਸੀ ਉਹਨਾਂ ਨੂੰ, ਉਹਦੇ 'ਚ ਮੈਂ ਕੀਤਾ ਸੀ, ਮੈਂ ਕਿਹਾ ਜੀ ਸੰਸਾਰ ਦਾ ਅੰਕੜਾ ਤਾਂ ਕੁਛ ਹੋਰ ਬੋਲਦਾ, ਤੁਸੀਂ ਇਹਨੇ ਵੀ ਬੱਚਾ ਜਿਹੜਾ 1 ਸਾਲ ਦੇ ਹੁੰਦਿਆਂ ਹੁੰਦਿਆਂ ਮਰ ਜਾਂਦਾ, ਆਹ ਮੇਰੇ ਕੋਲ ਮੈਂ ਦਰਸ਼ਕਾਂ ਨੂੰ ਦਿਖਾਉਣਾ ਸਾਰੇ ਸੰਸਾਰ ਦਾ ਅੰਕੜਾ ਹੈ। ਇਹਦੇ 'ਚ ਜੇਕਰ ਅੰਗੋਲਾ ਦੇ ਵਿੱਚ 1000 ਬੱਚਾ ਜੰਮਦਾ ਜੀ, ਤਾਂ 1 ਸਾਲ ਦੇ ਹੁੰਦਿਆਂ ਹੁੰਦਿਆਂ 184.44 ਬੱਚੇ ਮਰ ਜਾਂਦੇ 1 ਸਾਲ ਦੇ ਹੁੰਦਿਆਂ ਹੁੰਦਿਆਂ। ਹੁਣ ਇਹਦੇ 'ਚ ਆਪਾਂ ਦੂਜੇ ਦੇਸ਼ਾਂ ਸਾਰਿਆਂ ਦਾ ਅੰਕੜਾ, ਪਰ ਇਹਦੇ 'ਚ ਆਪਾਂ ਭਾਰਤ ਦੀ ਸਥਿਤੀ ਸਾਡੀ ਹੈਗੀ ਹੈ 74 ਨੰਬਰ 'ਤੇ ਅਸੀਂ ਬੈਠੇ ਹਾਂ, 73 ਨੰਬਰ 'ਤੇ। ਇੰਡੀਆ ਦੇ ਵਿੱਚ 34.61 ਬੱਚੇ 1 ਸਾਲ ਦੇ ਹੁੰਦਿਆਂ ਹੁੰਦਿਆਂ ਮਰ ਜਾਂਦੇ ਆ, ਜੇਕਰ 1000 ਬੱਚੇ ਦੇ ਵਿੱਚੋਂ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਵੀ ਇਹਦਾ ਲਾਸਟ ਅੰਕੜਾ, ਤਾਂ ਉਹ ਸਾਡਾ ਹੈਗਾ ਜੀ ਸਿੰਗਾਪੁਰ ਦਾ। ਸਿੰਗਾਪੁਰ ਦੇ ਵਿੱਚ ਸਾਰਿਆਂ ਨਾਲੋਂ ਘੱਟ, ਜਾਣੀ 2.3 ਬੱਚੇ ਮਰਦੇ ਆ ਸਿਰਫ, ਅਤੇ ਇੱਥੋਂ ਦਾ ਅੰਕੜਾ ਹੈਗਾ 1000 ਪਿੱਛੇ 4। ਕੈਨੇਡਾ ਦਾ ਅੰਕੜਾ 1000 ਪਿੱਛੇ 4 ਬੱਚੇ ਸਿਰਫ 1 ਸਾਲ ਦੇ ਹੁੰਦਿਆਂ ਹੁੰਦਿਆਂ ਮਰ ਜਾਂਦੇ। ਹੁਣ ਜੇ ਇੱਥੇ 184 ਮਰਦੇ ਆ, ਇੱਥੇ 4 ਮਰਦੇ ਆ, ਸਿੰਗਾਪੁਰ 'ਚ 2.3 ਮਰਦੇ ਆ, ਇਹਦੇ ਕਾਰਨ ਤਾਂ ਸਮੇਂ ਦੀਆਂ ਸਿਹਤ ਸਹੂਲਤਾਂ, ਸਮੇਂ ਦਾ ਵਿਆਹ ਦੀ ਉਮਰ ਕਿੰਨੀ, ਵਿਆਹ ਕਿਹੜੀ ਉਮਰ 'ਚ ਕਰਾਉਂਦੇ ਆ, ਉਹਨੂੰ ਸਿੱਖਿਆ ਕਿੰਨੀ ਮਿਲੀ ਹੈ, ਮਾਂ ਪਿਓ ਆ ਜਿਹੜੇ ਬੱਚੇ ਨੂੰ ਜਨਮ ਦੇਣ ਵੇਲੇ ਉਹਨਾਂ ਦੀ ਤਿਆਰੀ ਕੀ ਆ, ਉਹਨਾਂ 'ਚ ਹੋਮੋਗਲੋਬਿਨ ਦੀ ਘਾਟ ਤਾਂ ਨਹੀਂ, ਉਹਨਾਂ 'ਚ ਕੋਈ ਹੋਰ ਘਾਟ ਤਾਂ ਨਹੀਂ, ਗੱਲਾਂ ਤਾਂ ਇਹਦੇ ਨਾਲ ਜੁੜੀਆਂ। ਪਰ ਜੋਤਿਸ਼ੀ ਜੋੜਦੇ ਆ ਉਸ ਜਨਮ ਕੁੰਡਲੀ ਦੇ ਉਸ ਗ੍ਰਹਿਆਂ ਦੇ ਨਾਲ, ਬਿਲਕੁਲ ਠੀਕ, ਜਦੋਂ ਕਿ ਗ੍ਰਹਿ ਅੰਗੋਲਾ ਦੇ ਵਿੱਚ ਵੀ ਉਹਨੇ ਯਾਰੀ ਇਕੱਠੇ ਹੋਏ ਆ, ਭਾਰਤ ਦੇ ਵਿੱਚ ਵੀ ਉਹਨੇ ਯਾਰੀ ਇਕੱਠੇ ਹੋਏ ਆ, ਅਤੇ ਸਿੰਗਾਪੁਰ 'ਚ ਵੀ ਉਹਨੇ ਯਾਰੀ ਇਕੱਠੇ ਹੋਏ। ਜੇ ਇਹਨਾਂ ਦਾ ਜੋਤਿਸ਼ ਠੀਕ ਹੈ, ਜੇ ਇਹਨਾਂ ਦਾ ਸ਼ਨੀ ਠੀਕ ਹੈ, ਤਾਂ ਫਿਰ ਸਿੰਗਾਪੁਰ 'ਚ ਸ਼ਨੀ ਨੂੰ ਕੀ ਲਕਵਾ ਹੋ ਗਿਆ ਵੀ ਉੱਥੇ ਉਹ ਬੱਚਿਆਂ ਨੂੰ ਨਹੀਂ ਮਾਰਦਾ ਅਤੇ ਇੱਥੇ ਮਾਰਦਾ? ਮਤਲਬ ਇਹ ਹੈ ਵੀ ਜਦੋਂ ਆਪਾਂ ਸੰਧੂ ਸਾਹਿਬ ਇਹਨਾਂ ਨੂੰ ਸਵਾਲ ਕਰਦੇ ਹਾਂ ਨਾ, ਸੰਸਾਰ ਅੰਕੜਾ ਸਾਡੇ ਜਿਹੜੇ ਨਵੇਂ ਬੱਚੇ ਆ ਨਾ, ਯੂਥ ਆ ਨਵਾਂ, ਚਲੋ ਪੁਰਾਣੇ ਬਜ਼ੁਰਗ ਤਾਂ ਅਜੇ ਉਹਨਾਂ ਉਹਦੀ ਗੂਗਲ 'ਤੇ ਪੁਣਛਾਣ ਨਹੀਂ ਕਰਦੇ, ਤੁਸੀਂ ਤਾਂ ਜਦੋਂ ਮਰਜ਼ੀ ਸਰਚ ਮਾਰ ਕੇ ਦੇਖ ਸਕਦੇ, ਤੁਸੀਂ ਸਰਚ ਮਾਰ ਕੇ ਦੇਖੋ, ਇਹ ਪੂਰਾ ਨਹੀਂ ਉਤਰਦਾ। ਅਤੇ ਕੀ ਜੋਤਿਸ਼ੀਆਂ ਦਾ ਕੀ ਜਵਾਬ ਸੀ ਉਸ ਵੇਲੇ? ਤੇ ਜੋਤਿਸ਼ੀਆਂ ਦਾ ਜਵਾਬ ਸੁਣ ਲਓ ਤੁਸੀਂ, ਜਦੋਂ ਮੈਂ ਸਾਰੇ ਸਵਾਲ ਕਰਤੇ, ਉਹ ਕਹਿੰਦੇ ਜੀ ਜਹਾਂ ਤਰਕ ਵਤਰਕ ਆ ਜਾਤਾ ਹੈ ਵਹਾਂ ਜੋਤਿਸ਼ ਕਾ ਕਿਆ ਕਾਮ। ਅੱਛਾ, ਹੁਣ ਤੁਸੀਂ ਦੱਸੋ, ਉਹਨਾਂ ਜੋਤ ਆਹ ਹੀ ਸ਼ਬਦ ਜਿਹੜੇ ਮੈਂ ਵਰਤੇ, ਸਿਰਫ 2 ਸ਼ਬਦ। ਜਦੋਂ ਮੈਂ ਸਵਾਲ ਕਰੀ ਜਾਂਦਾ ਸੀ ਉਦੋਂ ਉਹਨਾਂ ਦਾ ਜਿਹੜਾ ਸਟੇਟ ਸੈਕਟਰੀ ਸੀ, ਜਿਹੜੀ ਉਹਨਾਂ ਦੀ ਟੀਮ ਬਿਠਾਈ ਵੀ ਸੀਗੀ ਮੂਹਰੇ 6-7 ਬੰਦਿਆਂ ਦੀ ਮੁੱਖ ਮਹਿਮਾਨਾਂ 'ਚ ਜੀ, ਉਹਨਾਂ ਕੋਲ ਜਾ ਕੇ ਉਹਨਾਂ ਦੀ ਰਾਇ ਲੈ ਰਿਹਾ ਸੀ, ਇਕੱਲੇ ਇਕੱਲੇ ਦੀ ਵੀ ਉਹ ਬੋਲੀ ਜਾਂਦਾ, ਮੈਂ ਹੁਣ ਮੈਂ ਦੱਸੋ ਕੀ ਕਹਾਂ ਜਾ ਕੇ। ਠੀਕ ਹੈ, ਉਹਨਾਂ ਨੇ ਉਹਨੂੰ ਜਿਹੋ ਜਿਹੀ ਹਦਾਇਤ ਦਿੱਤੀ ਉਹਨੇ ਆ ਕੇ ਕਹਿ ਤਾ, ਆਂਦਾ ਜੀ ਜਹਾਂ ਤਰਕ ਵਤਰਕ ਆ ਜਾਤਾ ਵਹਾਂ ਜੋਤਿਸ਼ ਕਾ ਕਿਆ ਕੰਮ। ਇਹਦਾ ਮਤਲਬ ਵੀ ਤਰਕ ਮੂਹਰੇ ਤਾਂ ਵਿਗਿਆਨ ਇਹਨਾਂ ਦਾ ਵਿਗਿਆਨ ਆ ਜਿਹੜਾ ਵਿਗਿਆਨਕ ਸਾਬਤ ਹੋ ਗਿਆ,
ਤੇ ਖੜਦਾ ਹੀ ਨਹੀਂ ਤਰਕ ਮੂਹਰੇ। ਉਹ ਹੁੰਦਾ ਸੀ ਨਾ ਵੀ ਸੁਣਦੇ ਦੇ ਵੀ ਫਲਾਣੇ ਜੋਤਸ਼ੀ ਨੇ ਮੈਨੂੰ ਕਿਹਾ ਸੀਗਾ ਵੀ ਇੰਨੀ ਉਮਰ 'ਚ ਤੇਰਾ ਵਿਆਹ ਹੋਏਗਾ, ਤੂੰ ਬੜਾ ਤੇਰੇ ਕੋਲ ਪੈਸਾ ਹੋਏਗਾ, ਬੜਾ ਧਨ ਆਏਗਾ। ਹਾਂਜੀ ਹਾਂਜੀ। ਜਾਂ ਵੱਡੇ ਵੱਡੇ ਫਿਲਮ ਐਕਟਰ ਦੇ ਨੇਤਾ ਜਿਹੜੇ ਨੇ ਉਹਨਾਂ ਨੇ ਆਪਣੇ ਇੱਕ ਖਾਸਮ ਖਾਸ ਰੱਖੇ ਹੋਏ ਨੇ, ਪੰਡਿਤ ਵੀ ਖਾਸ ਕਿਸਮ ਦੇ ਜਿਹੜੇ ਪਾਉਂਦੇ ਨੇ ਜੀ, ਪੱਥਰ ਵਗੈਰਾ ਨਗ ਪਾਉਂਦੇ ਨੇ, ਇਹਦੇ ਬਾਰੇ ਦੱਸੋ ਕਿ ਵੀ ਇਹ ਜਿਹੜੇ ਨਗ ਨੇ ਤੁਹਾਡੇ ਸਰੀਰ ਦੇ ਉੱਪਰ ਕਿਸੇ ਤਰੀਕੇ ਨਾਲ ਵਿਗਿਆਨਿਕ ਤੌਰ 'ਤੇ ਵਰਕ ਕਰਦੇ ਨੇ ਜਾਂ ਇਹ ਵੀ ਇੱਕ ਬਸ ਵਹਿਮ ਪਰਮੀ ਹੈ ਜਿਹਨਾਂ ਨੇ ਆਪਣੇ ਪੱਥਰ ਵੇਚਣੇ ਹੁੰਦੇ ਨੇ ਜੋਤਸ਼ੀਆਂ ਨੇ? ਸੰਧੂ ਸਾਹਿਬ, ਅਸਲ 'ਚ ਮੈਂ ਤੁਹਾਨੂੰ ਇੱਕ ਵਿਆਹ ਨਾਲ ਥੋੜ੍ਹੀ ਜਿਹੀ ਇੱਕ ਹੋਰ ਜਨਮ ਕੁੰਡਲੀ ਦੇ ਨਾਲ ਸੰਬੰਧਿਤ ਗੱਲ ਸੁਣਾ ਦਿਆਂ। ਸੁਣਾਓ ਜੀ। ਵਿਆਹ ਜਿਹੜਾ ਸੱਤਵੇਂ ਘਰ 'ਚੋਂ ਭਰਿਆ ਜਾਂਦਾ, ਸੱਤਵੇਂ ਘਰ ਦਾ ਜਿਹੜਾ ਜਿਹੜੇ ਘਰ ਨੂੰ ਜ਼ਿੰਮੇਵਾਰੀ ਦਿੱਤੀ ਜਿਹੜੇ ਗ੍ਰਹਿ ਦੀ, ਉਹ ਸ਼ੁੱਕਰ ਹੈ। ਠੀਕ ਹੈ ਜੀ। ਸ਼ੁੱਕਰ ਗ੍ਰਹਿ ਜਿਹੜਾ ਪਤਨੀ ਦਾ ਕਾਰਕ ਹੈ। ਓਕੇ ਜੀ। ਜੇ ਸ਼ੁੱਕਰ ਸ਼ਨੀ ਦੇ ਘਰ 'ਚ ਬੈਠਾ, ਮਤਲਬ ਘਰ 'ਚ ਬਹਿਣਾ ਕੀ ਹੋਇਆ, ਪਹਿਲਾਂ ਵੀ ਸਮਝਾਓ ਨਾ। ਅਸਲ 'ਚ ਜਨਮ ਕੁੰਡਲੀ ਜਦੋਂ ਆਪਾਂ ਵੇਖਦੇ ਹਾਂ ਨਾ, ਕੋਈ ਮੈਂ ਮਗਰੋਂ ਆ ਜਾਣਾ ਘਰ, ਹਾਂ ਮੈਂ ਉਹ ਡਿਟੇਲ 'ਚ ਸਮਝਾ ਦੂੰਗਾ। ਜਦੋਂ ਆਪਾਂ ਇਹਨੂੰ ਸਵਾਲ ਕਰਨੇ ਆ ਨਾ, ਉਦੋਂ ਸਾਰੇ ਘਰ 'ਤੇ ਜਨਮ ਕੁੰਡਲੀ ਮੈਨੂੰ ਸਮਝਾਉਣੀ ਪੈਣੀ, ਆਪਾਂ ਸਭ ਕੁਝ ਸਮੇਂ ਦੀ ਆਪਣੇ ਕੋਲ ਥੋੜ੍ਹੀ। ਠੀਕ ਹੈ। ਜਾਣੀ ਜਿਹੜਾ ਸੱਤਵਾਂ ਘਰ ਹੈ, ਸੱਤਵੇਂ ਘਰ ਦਾ ਸ਼ੁੱਕਰ ਮਾਲਕ ਹੈ। ਸ਼ੁੱਕਰ ਜੇਕਰ ਸ਼ਨੀ ਦੇ ਘਰ 'ਚ ਜਾ ਬੈਠਾ ਅਤੇ ਸ਼ਨੀ ਅਤੇ ਮੰਗਲੇ ਦੇ ਨਾਲ ਬੈਠੇ ਆ, ਤਾਂ ਲਾਜ਼ਮੀ ਹੈ ਵੀ ਇਹ ਜਿਹੜੀ ਪਤਨੀ ਆ ਉਸ ਜਿਹਦੀ ਆਪਾਂ ਜਨਮ ਕੁੰਡਲੀ ਪੜ੍ਹ ਰਹੇ ਹਾਂ, ਉਹ ਵਿਚਾਰੀ ਇਹੋ ਜਿਹੇ ਗ੍ਰਹਿਆਂ ਦੇ ਸਨ 'ਚ ਆ ਗਈ ਵੀ ਉਹ ਹੁਣ ਤੇਰੀ ਘਰ ਵਾਲੀ ਨਹੀਂ ਉਹਨੂੰ ਬੰਨ ਦਿੰਦੇ, ਉਹਨਾਂ ਨੇ ਕਾਬੂ ਕਰ ਰੱਖੀ। ਫਿਰ ਉਹਦਾ ਲਗਨ ਵੇਖਦੇ ਆ, ਹੁਣ ਲਗਨ 'ਚ ਬੈਠਾ ਰਾਹੂ ਅਤੇ ਸੱਤਵੇਂ 'ਚ ਬੈਠਾ ਕੇਤੂ, ਇਹਨਾਂ ਦੀ ਇੱਕ ਦੂਜੇ 'ਤੇ ਸਿੱਧੀ ਦ੍ਰਿਸ਼ਟੀ ਪੈ ਰਹੀ ਹੈ। ਠੀਕ ਹੈ। ਲਗਨ ਆ ਜਿਹੜਾ, ਜਦੋਂ ਲਗਨ ਤੋਂ ਵੇਖਣ ਸਿੱਧੀ ਦ੍ਰਿਸ਼ਟੀ ਦਾ ਕੀ ਮਤਲਬ ਆ ਵੀ ਆਪਾਂ ਦੋਏ ਜਾਣੇ ਸ਼ਰਾਬ ਪੀ ਜਾਂਦੇ ਹਾਂ, ਸ਼ਰਾਬ ਦੀ ਬੋਤਲ ਮੁੱਕ ਗਈ ਅਤੇ ਇੱਕ ਕੋਲੇ ਭਤੀਜਾ ਆ ਗਿਆ, ਉਹਦਾ ਚਾਚਾ ਹੋਰ ਲਿਆਵਾਂ, ਮਤਲਬ ਬਈ ਮਾੜੇ ਨੂੰ ਹੋਰ ਮਾੜੇ ਪਾਸੇ ਨੂੰ ਲੈ ਕੇ ਜਾਣਾ, ਸ਼ਰਾਬੀ ਨੂੰ ਹੋਰ ਸ਼ਰਾਬੀ ਕਰਨਾ, ਕਮਲੇ ਨੂੰ ਹੋਰ ਕਮਲਾ ਕਰਨਾ, ਇਹਨੂੰ ਕਹਿੰਦੇ ਆ ਸਿੱਧੀ ਦ੍ਰਿਸ਼ਟੀ। ਉਹ ਸਿੱਧੀ ਦ੍ਰਿਸ਼ਟੀ ਪੈ ਰਹੀ ਹੈ, ਸਿੱਧੀ ਦ੍ਰਿਸ਼ਟੀ ਪੈ ਕਰਕੇ ਇਹ ਉਹਨਾਂ ਨੇ ਕਹਿ ਤਾ ਵੀ ਇਹਦਾ ਵਿਆਹ ਨਹੀਂ ਹੋਣਾ, ਇਹ ਇਹਨਾਂ ਦੀ ਪਰਤ ਹੈ, ਪਰ 95% ਤੱਕ ਨਹੀਂ ਹੋਣਾ। ਉਦੋਂ ਗਾਂ ਕਹਿੰਦੇ ਹੋ ਜੂਗਾ, ਹੁਣ ਹੋ ਜੂਗਾ ਕਿਵੇਂ ਕਹਿੰਦੇ ਆ, ਉਹ ਕਹਿੰਦੇ ਜਦੋਂ ਮਤਲਬ ਕੋਈ ਚੈਨਲ 'ਤੇ ਜੋਤਸ਼ੀ ਬੈਠਾ ਉਹ ਸਵਾਲ ਪੁੱਛਦਾ ਅਤੇ ਮਾਤਾ ਉਹਦੀ ਮਾਂ ਉਹਦੀ ਪੁੱਛਦੀ, ਆਮ ਕਰਕੇ ਫਿਕਰਮੰਦ ਹੁੰਦੀ ਵਿਚਾਰੀ ਇਹਦਾ ਵਿਆਹ ਹੋਊਗਾ ਕਿ ਨਹੀਂ ਹੋਊਗਾ। ਜਦੋਂ ਉਹਨੇ ਪੁੱਛਿਆ ਤਾਂ ਕਹਿੰਦੇ ਵੀ ਆਪਾਂ ਕਰ ਦਿਓ ਵਿਆਹ ਹੋ ਜੂਗਾ। ਆਪਾਂ ਉਹਨਾਂ ਨੇ ਕੀ ਦੱਸਿਆ, ਕਾਲੇ ਮਾਂਹ ਲੈ ਲਓ, ਆਹ ਛੋਲਿਆਂ ਦੀ ਦਾਲ ਲੈ ਲਓ, ਫਲਾਨੀ ਚੀਜ਼ ਲੈ ਲਓ, ਕਿਉਂਕਿ 5-6 ਕਿਲੋ ਸਮੱਗਰੀ ਜੀ ਗਣਾ ਦਿੰਦੇ ਆ, ਗਣਾ ਕੇ ਉਹ ਮਾਤਾ ਦੇ ਮੋਢੇ ਨਾਲ ਲਾ ਦਿੰਦੇ ਆ, ਉਹਦੀ ਨਾ ਵਿਆਹ ਲੈ ਲਾ ਅਤੇ ਪਾਣੀ ਚੱਲਦੇ 'ਚ ਜਲ ਪ੍ਰਵਾਹ ਕਰਿਆ, ਨਾ ਜਾਂਦੀ ਹੋਈ ਨੇ ਮਗਰ ਵੇਖਣਾ, ਨਾ ਜਦੋਂ ਉੱਧਰੋਂ ਆਈ ਉਦੋਂ ਮਗਰ ਨੂੰ ਵੇਖਣਾ, ਉਹਦੀ ਵਿਚਾਰੀ ਦੀ ਧੌਣ ਆਕੜ ਜਾਂਦੀ ਹੈ ਸਕੂਟਰ ਮਗਰ ਬੈਠੀ ਦੀ। ਜਦੋਂ ਆਉਂਦੀ ਆ 1-1.5 ਘੰਟੇ ਬਾਅਦ ਮੁੜ ਕੇ, ਫਿਰ ਪਤਾ ਜੋਤਸ਼ੀ ਕੀ ਹੁਕਮ ਸੁਣਾਉਂਦਾ, ਜਿਹੜਾ ਅਸਲ ਜੋਤਸ਼ੀ ਨੂੰ ਲੋੜ ਆ ਉਹ ਹੁਕਮ ਫਿਰ ਸੁਣਾਉਂਦਾ, ਆਂਹਦਾ ਵੇਖੋ ਜਿਹੜੇ ਸ਼ਨੀ ਅਤੇ ਮੰਗਲ ਇਹਨੂੰ ਸ਼ੁੱਕਰ ਨੂੰ ਘੇਰੀ ਬੈਠੇ ਆ ਨਾ, ਜਿਹੜੀ ਇਹ ਨੂੰਹ ਆ ਤੇਰੀ, ਇਹ ਮਤਲਬ ਇਹਨੂੰ ਛਡਾਉਣ ਵਾਸਤੇ ਸੋਨੇ ਦੀ ਇੱਕ ਸਪਣੀ ਆਪਾਂ ਨੂੰ ਚੱਲਦੇ ਪਾਣੀ 'ਚ ਜਲ ਪ੍ਰਵਾਹ ਕਰਨੀ ਪੈਣੀ ਹੈ, ਪਰ ਤੇਰੀ ਕਿਉਂਕਿ ਨੂੰਹ ਨਾ ਬਣਦੀ ਨਹੀਂ ਹੁੰਦੀ ਸੱਸ ਦੀ, ਉਹ ਤੂੰ ਨਹੀਂ ਜਲ ਪ੍ਰਵਾਹ ਕਰ ਸਕਦੀ, ਉਹ ਮੈਂ ਕਰੂੰਗਾ। ਅਤੇ ਰੌਲਾ ਤਾਂ ਸੰਧੂ ਸਾਹਿਬ ਸੋਨੇ ਦੀ ਸਪਣੀ ਦਾ ਹੀ ਸੀ, ਉਹਦੀ ਜੇਬ 'ਚੋਂ ਕੱਢ ਲਈ। ਮਤਲਬ ਅਸਲ 'ਚ ਇਹ ਹੈ ਵੀ ਹੁਣ ਤੁਸੀਂ ਵਿਆਹ ਹੁੰਦਾ ਕਿਉਂ ਨਹੀਂ, ਹੁਣ ਆਪਾਂ ਥੋੜ੍ਹਾ ਜਿਹਾ ਇਹ ਪ੍ਰਸ਼ਨ ਕਰ ਲਈਏ, ਤੁਸੀਂ ਆਪਣਾ ਦਿਮਾਗ ਜਿੰਨੇ ਵੀ ਦਰਸ਼ਕ ਹੈ ਸਾਡੇ ਆਪਦੇ ਪਿੰਡ ਲੈ ਜਾਓ, ਜਿਹੜੀਆਂ ਕੁੜੀਆਂ ਪੜ੍ਹੀਆਂ ਨੇ 8ਵੀਂ ਤੱਕ 10ਵੀਂ ਤੱਕ ਜਾਂ +2 ਤੱਕ ਪੜ੍ਹੀਆਂ, ਉਹ ਕੁੜੀਆਂ 20-21 ਸਾਲ ਤੱਕ ਵਿਆਹੀਆਂ ਗਈਆਂ, ਧਿਆਨ ਮਾਰ ਕੇ ਵੇਖ ਲਓ। ਜਿਹੜੀਆਂ ਕੁੜੀਆਂ ਹਾਇਰ ਐਜੂਕੇਸ਼ਨ ਲਈ ਜਾਂਦੀਆਂ ਉਹ 25-26 ਸਾਲ ਦੀਆਂ ਵੀ ਘਰ ਬੈਠੀਆਂ ਜੀ, ਉਹ ਜਦੋਂ ਘਰ ਬੈਠੀਆਂ ਤਾਂ ਲਾਜ਼ਮੀ ਆ ਵੀ ਜਦੋਂ ਵਿਆਹ ਦੀ ਗੱਲ ਚੱਲਦੀ ਆ ਉਹਦੇ ਕੋਰਸ ਕਰਨ ਤੋਂ ਬਾਅਦ ਤੱਕ ਉਹ 2-4 ਸਾਲ ਲੱਭਣ ਨੂੰ ਵੀ ਲੱਗਦੇ ਆ, ਫਿਰ ਉਹ ਜਦੋਂ ਘਰ ਦੇ ਜਿਹੜੇ ਜੋਤਿਸ਼ ਨੂੰ ਮੰਗਦੇ ਉਹ ਫਿਕਰਮੰਦ ਹੁੰਦੇ ਆ, ਫਿਰ ਉਹ ਜੋਤਿਸ਼ੀ ਕੋਲੇ ਜਾਂਦੇ ਆ ਵੀ ਜੇ ਸਾਡਾ ਦੱਸਿਓ, ਫਿਰ ਜੋਤਿਸ਼ੀ ਪਤਾ ਕੀ ਕਹਿੰਦਾ, ਉਹ ਇਹ ਨਹੀਂ ਵੇਖਣਾ ਉਹਨੇ ਜਨਮ ਕੁੰਡਲੀ 'ਤੇ, ਨਹੀਂ ਕੁਛ ਵੇਖਣਾ ਜਾਂ ਨਾ ਹੀ ਵੇਖਦੇ ਆ ਜਨਮ ਕੁੰਡਲੀ 'ਤੇ, ਉਹਨਾਂ ਨੇ ਵੇਖਣਾ ਇਹਨਾਂ ਦੀ ਘਰ ਦੀ ਸਥਿਤੀ ਕਿਹੋ ਜਿਹੀ ਆ। ਪਹਿਲਾਂ ਕੁੜੀ ਪੁੱਛਣਗੇ ਕੀ ਕਰਦੀ ਆ, ਦੱਸਿਆ ਆਪਾਂ ਵੀ ਐੱਮਏ ਕਰ ਹਟੀ ਜੀ ਆਏ ਹਾਂ, ਉਹਨਾਂ ਨੂੰ ਪਤਾ ਵੀ ਹੁਣ ਜੇ ਐੱਮਏ ਕੀਤੀ ਕੁੜੀ ਆ ਤਾਂ ਇਹਨਾਂ ਨੇ ਐੱਮਏ ਵਾਲਾ ਲੱਭਣਾ, ਅਤੇ 25 ਸਾਲ ਦੀ ਹੋਈ ਵੀ ਹੈ, 30 ਸਾਲ ਤੋਂ ਪਹਿਲਾਂ ਇਹਨਾਂ ਨੂੰ ਵਿਆਹ ਵੀ ਕਰਨਾ ਪੈਣਾ, ਸਾਲ ਤਾਂ 5 ਹੀ ਆ। ਉਹ 5 ਸਾਲਾਂ ਦੇ ਵਿੱਚ ਉਹ ਫਿਰ ਇੱਕ ਫਾਰਮੂਲਾ ਦੱਸਦਾ ਵੀ ਆਹ ਫਾਰਮੂਲਾ ਐਂ ਅਪਾ ਕਰੋ ਇਸ ਤਰ੍ਹਾਂ, ਅਤੇ ਇੰਨੀ ਕੁ ਦਕਸ਼ਣਾ ਮੈਨੂੰ ਦਿਓ, ਇਹ ਕੁੜੀ ਦਾ ਵਿਆਹ ਹੋ ਜੂਗਾ। ਹੁਣ ਉਹਦੇ ਵਿਆਹ ਵੇਲੇ ਕੁੜੀ ਵੇਲੇ ਡਿੱਕਾ ਕੇ ਪਿੱਕੀ ਪੈਂਦਾ, ਅਗਲੀ ਗੱਲ ਆਪਾਂ ਦੇਖੀ, ਜਦੋਂ ਉਹਦਾ ਪਿਓ ਦੇਖਣ ਤੁਰਦਾ ਨਾ, ਕਿਉਂਕਿ ਕੁੜੀ ਸੁਚੇਤ ਹੈ, ਉਹਦੀ ਜਿਹੜੀ ਦਾਦੀ ਸੀ ਉਹ ਤਾਂ ਵਿਚਾਰੀ ਗੋਹਾ ਚੱਕੀ ਗਈ ਅਤੇ ਨਿੱਕੀ ਜਿਹੀ ਹੁੰਦੀ ਦਾ ਵਿਆਹ ਕਰਤਾ, 16-17 ਸਾਲ ਦੀ ਦਾ ਉਦੋਂ ਉਮਰ ਦੀ ਹੱਦ ਵੀ ਹੈ ਨਹੀਂ ਸੀ ਜੀ। ਉਹਦੀ ਮਾਂ ਸੀ ਜਿਹੜੀ 19-20 ਸਾਲ ਦੀ ਵਿਆਹੀ ਗਈ, ਪੜ੍ਹੀ ਉਹ ਵੀ ਨਹੀਂ ਸੀ, ਵੱਧ ਤੋਂ ਵੱਧ 10ਵੀਂ 8ਵੀਂ ਸੀ, ਪਰ ਹੁਣ ਕੁੜੀ ਨੇ ਕਰ ਲਈ ਐੱਮ ਏ, ਉਹਨੂੰ ਪਤਾ ਵੀ ਮੇਰੀ ਤਾਂ ਸ਼ਨੀ ਨਾ ਬਣਨੀ ਨੀਗੀ। ਉਹ ਕਹਿੰਦੀ ਜਦੋਂ ਪਿਓ ਦਾ ਦੇਖਣ ਤੁਰਦਾ ਜੀ, ਡੈਡੀ ਵੇਖ ਮੇਰੀਆਂ 16 ਪੜੀਆਂ, ਮੇਰੇ ਨਾਲ 8ਵੀਂ ਵਾਲਾ ਕੋਈ ਮੇਰੇ ਮੱਥੇ ਨਾ ਮਾਰ ਦੀ, ਅਤੇ ਮੈਂ ਮੇਰੇ ਜਿੰਨਾ ਪੜ੍ਹਿਆ ਹੋ ਜੀ, ਮੇਰਾ ਕਾਦੋਆਂ ਦੀ 5 ਫੁੱਟ 5 ਇੰਚ ਹੈ,
ਕੋਈ ਗੈਠ ਮੁਠਗਾ ਨਾ ਮੇਰੇ ਮੱਥੇ ਮਾਰਦੀ, ਮੇਰੇ ਨਾਲ ਬਾਜ਼ਾਰ 'ਚ ਮੇਰੇ ਪਤੀ ਨੇ ਗੇੜਾ ਦੇਣਾ, ਨਾ ਜ਼ਮੀਨ ਨੇ ਨਾ ਵਪਾਰ ਨੇ ਅਤੇ ਨਾ ਕਿਸੇ ਹੋਰ ਚੀਜ਼ ਨੇ ਗੇੜਾ ਨਹੀਂ ਦੇਣਾ, ਮੇਰੇ ਨਾਲ ਪਤੀ ਨੇ ਮੇਰੇ ਨੇ ਗੇੜਾ ਦੇਣਾ, ਮੇਰੇ ਵਰਗਾ ਮੇਰੇ ਜਿੱਡਾ ਹੋਵੇ ਜੀ। ਜਿਹੜੀ ਉਹਦੀ ਦਾਦੀ ਆ ਉਹ ਕਹਿੰਦੀ ਪੁੱਤ ਮੇਰੀ ਵੀ ਗੱਲ ਸੁਣ ਕੇ ਜਾਈ, ਆਂਹਦੀ 15 ਰੱਖੇ ਸੀ ਤੁਹਾਡੇ ਪਸ਼ੂ, ਮੈਂ ਗੋਹਾ ਕੂੜਾ ਚੱਕਦੀ ਨੂੰ 11 ਵੱਜਦੇ ਸੀ, ਜਿੱਥੇ ਤੂੰ ਕੁੜੀ ਵਾਸਤੇ ਦੇਖਣ ਚੱਲਿਆ ਨਾ ਮੇਰੀ ਪੋਤੀ ਵਾਸਤੇ, ਉੱਥੇ ਪਸ਼ੂ ਨਾ ਰੱਖੇ, ਹੁਣ ਕੁੜੀ ਕੁੱਟ ਖਾ ਕੇ ਘਰ ਆਜੂਗੀ, ਕਿਉਂਕਿ ਤੁਸੀਂ ਧਾਰ ਵੀ ਨਹੀਂ ਸਿਖਾਈ ਅਤੇ ਕੁੜੀ ਨੇ ਹੁਣ ਤੱਕ ਗੋਹੇ ਨੂੰ ਹੱਥ ਨਹੀਂ ਲਾ ਕੇ ਵੇਖਿਆ, ਮੁਸ਼ਕ ਆਉਂਦਾ। ਉਹਦੀ ਮਾਂ ਬੋਲਦੀ ਹੈ ਚੁੱਲ੍ਹੇ ਮੂਹਰੇ, ਆਂਹਦੀ ਜੀ 3 ਭਰਾ ਸੀ ਤੁਸੀਂ, 3 ਆ ਗਈਆਂ ਅਸੀਂ, ਤਿੰਨਾਂ ਦੇ ਗਾਂ 2-2 ਨਿਆਣੇ ਅਤੇ 20-15 ਜੀਆਂ ਦੇ ਭਾਂਡੇ ਮਾਂਜਦਿਆਂ ਰਾਤ ਦੇ ਮੈਨੂੰ 12 ਵੱਜਦੇ ਰਹੇ ਆ, ਜਿੱਥੇ ਵੇਖਣ ਚੱਲਿਆ ਇਕੱਲਾ ਹੀ ਹੋਵੇ ਏਡੇ ਕੀੜਿਆਂ ਦੇ ਪਾਉਣ 'ਚ ਮੈਂ ਕੁੜੀ ਨਹੀਂ ਸੁੱਟਣੀ। ਹੁਣ ਉਹ ਸਾਰਾ ਕੁਛ ਜੋ ਤੱਕੜੀ 'ਚ ਪਾਉਂਦਾ 3-4 ਸਾਲ ਤਾਂ ਫਿਰ ਲੱਗਣਗੇ ਹੀ, ਫਿਰ ਉਹ ਕੁੜੀ ਦਾ ਵਿਆਹ 3-4 ਸਾਲ ਬਾਅਦ ਹੋ ਜਾਂਦਾ, ਜੇ ਹੋ ਜਾਂਦਾ ਅਸੀਂ ਜੋਤਸ਼ੀ ਮਗਰ ਲੱਗ ਜਾਂਦੇ ਹਾਂ, ਕਿਉਂਕਿ ਹੋਣਾ ਤਾਂ 25 ਸਾਲ ਦੀ ਤਾਂ ਪਹਿਲਾਂ ਹੀ ਹੋਈ ਵੀ ਵਿਚਾਰੀ, ਬਿਲਕੁਲ ਠੀਕ, ਅਤੇ ਫਿਰ ਅਸੀਂ ਉਹਨੂੰ ਬੱਲੇ ਬੱਲੇ ਕਰਨ ਲੱਗ ਜਾਂਦੇ ਹਾਂ, ਉਹ ਬੱਲੇ ਬੱਲੇ ਕਰਨ ਦੀ ਲੋੜ ਨਹੀਂ ਗੀ, ਤੁਸੀਂ ਹਾਲਤਾਂ ਵੇਖੋ ਵੀ ਜਿਹੜੀ ਅਨਪੜ੍ਹ ਕੁੜੀ ਆ ਉਹਦਾ ਕਿਉਂ ਹੋ ਗਿਆ ਵਿਚਾਰੀ ਦਾ ਪਹਿਲਾਂ ਜੀ, ਜਿਹੜੀ ਪੜ੍ਹੀ ਲਿਖੀ ਕੁੜੀ ਆ, ਕਿਉਂਕਿ ਉਹਨੂੰ ਪਤਾ ਵੀ ਮੇਰੀ ਸ਼ਨੀ ਨਾ ਤਾਂ ਹੁਣ ਇੱਥੇ ਕਿਸੇ ਦੀ ਵੀ ਨਹੀਂ ਬਣਦੀ ਸ਼ਨੀ ਨਾ ਜੀ, ਇੱਥੇ ਕੋਈ ਜਨਮ ਕੁੰਡਲੀ ਬਣਾਉਂਦਾ ਤੁਹਾਡੇ ਵਿਕਸਿਤ ਮੁਲਕਾਂ 'ਚ ਜਨਮ ਕੁੰਡਲੀਆਂ ਖਾਸ ਕਰਕੇ ਜਿਹੜੇ ਇੱਥੋਂ ਦੇ ਵਾਸੀ ਆ, ਜਿਹੜੇ ਪੜ੍ਹਦੇ ਬੱਚੇ ਆ ਇੱਕ ਦੂਜੇ ਨਾਲ ਵਿਆਹ ਕਰਾਉਂਦੇ, ਉਹਨਾਂ ਨੂੰ ਮਤਲਬ ਵੀ ਕੋਈ ਨਹੀਂ ਇਹਦੇ ਨਾਲ ਜਨਮ ਕੁੰਡਲੀ ਬਣਾਉਣ ਨਾਲ, ਭਾਵਾਂ ਕੋਈ ਸ਼ਨੀ ਕਿਸੇ ਦੇ ਘਰ 'ਚ ਬੜਿਆ ਫਿਰਦਾ, ਭਾਵਾਂ ਕੋਈ ਮੰਗਲੀਕ ਆ, ਭਾਵਾਂ ਕੋਈ ਨਹੀਂ ਮੰਗਲੀਕ, ਬਿਲਕੁਲ ਨਹੀਂ। ਪਰ ਉਹੀ ਗੱਲ ਆ ਕਿ ਇੱਥੇ ਵੀ ਅਜੇ ਨਾ ਆਪਾਂ ਨਾਲ ਆਪਣੇ ਰੂੜੀਵਾਦੀ ਜਿਹੜੇ ਵਿਚਾਰ ਉਹ ਲੈ ਆਏ, ਇੱਥੇ ਵੀ ਜਿਹੜਾ ਜੀ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰੀਏ, ਉੱਥੇ ਜੋਤਿਸ਼ ਦਾ ਪ੍ਰਚਾਰ ਜਿਹੜਾ ਬੜਾ ਵੱਡੀ ਪੱਧਰ 'ਤੇ ਹੋ ਰਿਹਾ। ਮੈਂ ਇਹਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ ਹਾਂ, ਸਮਾਂ ਫਿਰ ਇੱਕ ਵਕਫੇ ਦਾ ਹੋ ਗਿਆ ਜੀ। ਬੜੀ ਦਿਲਚਸਪੀ ਦੇ ਨਾਲ ਜਿਹੜਾ ਹੈ ਜੀ ਸਾਨੂੰ ਸੁਰਜੀਤ ਦੌਧਰ ਹੋਣਾ ਨੇ ਇੰਟਰਸਟਿੰਗ ਕਿੱਸੇ ਵੀ ਦੱਸੇ ਅਤੇ ਨਾਲ ਦੀ ਨਾਲ ਸਾਨੂੰ ਸੁਚੇਤ ਵੀ ਕੀਤਾ, ਕੁਝ ਗੱਲਾਂ ਇਹਨਾਂ ਕੋਲ ਹੋਰ ਜਾਣਦੇ ਹਾਂ। ਅੰਧ ਵਿਸ਼ਵਾਸ ਜਿਹੜਾ ਹੈ ਜੀ ਕਿਵੇਂ ਵਹਿਮ ਭਰਮਾਂ ਤੋਂ ਕਿਵੇਂ ਮੁਕਤ ਹੋਣਾ ਚਾਹੀਦਾ ਸਾਨੂੰ, ਸੋ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ, ਔਰ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੁਰਜੀਤ ਦੌਧਰ ਹੁਣੀ ਹਾਜ਼ਰ ਨੇ, ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਖਾਸ ਤੌਰ ਦੇ ਉੱਪਰ ਜੋਤਿਸ਼ ਬਾਰੇ ਚੱਲ ਰਿਹਾ, ਜੋਤਿਸ਼ ਦੇ ਅੰਧ ਵਿਸ਼ਵਾਸ ਬਾਰੇ। ਵੈਸੇ ਤਾਂ ਇਹਨਾਂ ਦੀ ਜਿਹੜੀ ਮਾਸਟਰੀ ਹੈ ਉਹ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਜੋਤਿਸ਼ ਦੇ ਉੱਪਰ ਵੀ ਹੈ, ਅੰਧ ਵਿਸ਼ਵਾਸ ਔਰ ਜਿਹੜਾ ਵਾਸਤੂ ਸ਼ਾਸਤਰ ਹੈ ਉਹਦੇ ਉੱਪਰ ਵੀ ਹੈ, ਲੇਕਿਨ ਅੱਜ ਦਾ ਪ੍ਰੋਗਰਾਮ ਖਾਸ ਤੌਰ 'ਤੇ ਅਸੀਂ ਜੋਤਿਸ਼ ਦੇ ਉੱਪਰ ਕੇਂਦਰਿਤ ਕੀਤਾ ਹੋਇਆ। ਤਾਂ ਸੋ ਮੇਰੇ ਜ਼ਿਹਨ ਦੇ ਵਿੱਚ ਕੁਝ ਸਵਾਲ ਹੈਗੇ ਨੇ ਜਿਹੜੇ ਆਪਾਂ ਉਹਨਾਂ ਦੇ ਉੱਤਰ ਇਹਨਾਂ ਦੇ ਕੋਲੋਂ ਜਾਣਦੇ ਹਾਂ। ਮੈਂ ਜਿੱਦਾਂ ਜ਼ਿਕਰ ਕੀਤਾ ਸੀ ਵੀ ਇੱਥੇ ਵੀ ਬੜਾ ਬਾਹਰਲੇ ਮੁਲਕਾਂ 'ਚ ਵੀ ਪ੍ਰਚਾਰ ਕੀਤਾ ਜਾ ਰਿਹਾ, ਔਰ ਅਖਬਾਰਾਂ ਦੀਆਂ ਅਖਬਾਰਾਂ ਭਰੀਆਂ ਪਈਆਂ ਨੇ, ਟੀ ਵੀ 'ਤੇ ਵੀ ਇਸ਼ਤਿਹਾਰ ਆਏ ਨੇ, ਔਰ ਕਈ ਵਾਰੀ ਇਸ਼ਤਿਹਾਰ ਜਦੋਂ ਅਖਬਾਰਾਂ ਤੋਂ ਪੜ੍ਹੀਦੇ ਹੈ ਨਾ, ਪੜ੍ਹ ਕੇ ਹਾਸਾ ਵੀ ਆਉਂਦਾ ਕਿ ਵੀ ਇੰਨੇ ਦੇ ਵਿੱਚ ਵਸ਼ੀਕਰਨ ਮੰਤਰ ਜਿਹੜਾ ਜੀ ਖਰੀਦੋ, ਜਿਹੜੀ ਤੁਹਾਡੀ ਪ੍ਰੇਮਿਕਾ ਹੈ ਵੀ 2 ਦਿਨਾਂ ਦੇ ਵਿੱਚ ਤੁਹਾਡੇ ਵਸ ਦੇ ਵਿੱਚ ਹੋਏਗੀ, ਅਤੇ ਮਤਲਬ ਤੁਸੀਂ ਛੱਡੋ ਕਿ ਵੀ ਗੱਲਾਂ, ਕਿਉਂਕਿ ਜਿਹੜੇ ਬੰਦੇ ਸੁਚੇਤ ਨੇ ਉਹ ਇਹ ਪੜ੍ਹ ਕੇ ਹੱਸਦੇ ਨੇ, ਔਰ ਕੁਛ ਤਾਂ ਇਸ਼ਤਿਹਾਰ ਇੱਦਾਂ ਦੇ ਆਉਂਦੇ ਨੇ ਕਿ ਵੀ ਮਤਲਬ ਤੁਹਾਨੂੰ ਇੰਨੀ ਜਿਹੜੀ ਮਤਲਬ ਜੇ ਤੁਹਾਨੂੰ ਬਿਜ਼ਨਸ ਦੇ ਵਿੱਚ ਘਾਟਾ ਹੋਇਆ ਹੈ ਅਤੇ ਤੁਸੀਂ ਸਾਨੂੰ ਫੋਨ ਕਰੋ, ਅਤੇ ਪਿੱਛੇ ਜੇ ਫਰੋਡ ਇਹੋ ਜਿਹੇ ਫਰੋਡੀਏ ਵੀ ਕਈ ਫੜੇ ਕਿ ਜਿਹੜੇ ਯੰਗ ਮੁੰਡੇ ਨੇ ਅਤੇ ਉਹ ਮਤਲਬ ਪੁਰਾਣੇ ਬਾਬਿਆਂ ਦਾ ਕਿ ਵੀ ਸਾਡੇ ਕੋਲ ਕਾਲਾ ਇਲਮ ਆ ਜੀ, ਅਸੀਂ ਕਾਲੇ ਜਾਦੂ ਨਾਲ ਇੱਦਾਂ ਤੁਹਾਡਾ ਕਰਦੇ ਹਾਂ ਸਮੱਸਿਆਵਾਂ ਦਾ ਇਲਾਜ। ਸੋ ਇਹ ਰਲਵੇਂ ਮਿਲਵੇਂ ਜਿਵੇਂ ਤੁਹਾਨੂੰ ਮੈਂ ਸਵਾਲ ਕੀਤੇ ਆ ਜੀ, ਅਤੇ ਇਹਦੇ ਬਾਰੇ ਦੱਸੋ ਕਿ ਵੀ ਇਹ ਜਿਹੜੇ ਕਾਲਾ ਇਲਮ ਦੀ ਗੱਲ ਕਰ ਰਹੇ ਨੇ ਜਾਂ ਵਸ਼ੀਕਰਨ ਮੰਤਰ ਕਹਿ ਰਹੇ ਨੇ, ਜਿੱਦਾਂ ਆਪਾਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਉਹ ਵਿੱਚੇ ਰਹਿ ਗਿਆ ਸੀਗਾ ਜੀ ਕਿ ਵੀ ਜਿਹੜੇ ਪੱਥਰ ਪਾਉਂਦੇ ਨੇ ਨਾਗ, ਇਹ ਕੀ ਹੁੰਦੇ ਨੇ, ਸੱਚਮੁੱਚ ਇਹਨਾਂ ਦਾ ਕੋਈ ਅਸਰ ਹੁੰਦਾ ਵਿਗਿਆਨਿਕ ਤੌਰ 'ਤੇ ਕਿ ਨਹੀਂ, ਅਤੇ ਬਾਕੀ ਜਿਹੜਾ ਵਸ਼ੀਕਰਨ ਦੀ ਗੱਲ ਜਾਂ ਕਾਲੇ ਜਾਦੂ ਦੀ ਗੱਲ ਇਹ ਵੀ ਨਾਲ ਦੀ ਨਾਲ ਤੁਸੀਂ ਦੱਸੋ ਜੀ। ਸੰਧੂ ਸਾਹਿਬ, ਮਨੁੱਖੀ ਦਿਮਾਗ ਦੇ ਵਿੱਚ ਕਈ ਚੀਜ਼ਾਂ ਦੀ ਇੱਜ਼ਤ ਸਿਰਫ ਇਸ ਵਜ੍ਹਾ ਕਰਕੇ ਹੁੰਦੀ ਆ ਵੀ ਇਹ ਧਰਤੀ 'ਤੇ ਮਿਲਦੀ ਬਹੁਤ ਥੋੜ੍ਹੀ ਆ, ਮਿਲਦੀ ਬਹੁਤ ਥੋੜ੍ਹੀ, ਜੇ ਸੋਨਾ ਲੋਹੇ ਵਾਂਗੂ ਮਿਲਦਾ ਹੁੰਦਾ ਤਾਂ ਸੋਨੇ ਦੀ ਇੱਜ਼ਤ ਨਹੀਂ ਸੀ, ਇੱਜ਼ਤ ਨਹੀਂ ਸੀ ਹੋਣੀ। ਹੁਣ ਸੋਨਾ ਕਿਸੇ ਕੰਮ ਨਹੀਂ ਆਉਂਦਾ, ਸਿਰਫ ਗਹਿਣੇ ਬਣਾਉਣ ਦੇ ਕੰਮ ਆਉਂਦਾ, ਅਤੇ ਗਹਿਣੇ ਕਿਸੇ ਕੰਮ ਨਹੀਂ ਆਉਂਦੇ, ਕੰਮ ਸਿਰਫ ਉਦੋਂ ਹੀ ਆਉਂਦੇ ਆ ਜੇ ਸਾਨੂੰ ਕੋਈ ਡਿੱਕਾ ਪੈਂਦਾ, ਉਹ ਵੀ ਪੈਸੇ ਲਾ ਕੇ ਬਣਾਏ ਹੋਏ ਹੁੰਦੇ ਆ, ਚਲੋ ਡਿੱਕੇ ਵੇਲੇ ਆਪਾਂ ਕਹਿ ਦਿੰਦੇ ਹਾਂ ਵੀ ਕੰਮ ਆ ਗਏ ਜੀ। ਇਸੇ ਤਰ੍ਹਾਂ ਨਗਾਨੀ ਗੱਲ ਆ, ਜਿਹੜੀ ਵੀ ਚੀਜ਼ ਹੀਰਾ ਬਹੁਤ ਘੱਟ ਮਿਲਦਾ ਜੀ, ਜਿਹੜੀਆਂ ਵੀ ਚੀਜ਼ਾਂ ਘੱਟ ਮਿਲਦੀਆਂ ਨਾ, ਉਹਨਾਂ ਨੂੰ ਮਨੁੱਖਾਂ ਤੱਕ ਕਿਵੇਂ ਹਊਆ ਬਣਾ ਕੇ ਪੇਸ਼ ਕੀਤਾ ਜਾਵੇ, ਕਿਵੇਂ ਉਹਨਾਂ ਦਾ ਮੁੱਲ ਵੱਟਿਆ ਜਾਵੇ, ਕਿਵੇਂ ਉਹਨਾਂ ਦੇ ਦਿਮਾਗ 'ਚ ਬਿਠਾਇਆ ਜਾਵੇ ਵੀ ਇਹ ਤੇਰੇ ਵਾਸਤੇ ਫਾਇਦੇ ਵਾਲੀ ਗੱਲ ਹੈ। ਜੇਕਰ ਇਹ ਕਹਿੰਦੇ ਆ ਬਈ 70% ਪਾਣੀ ਸਰੀਰ 'ਚ ਹੁੰਦਾ ਅਤੇ ਜਿਹੜਾ ਜਵਾਹਰ ਭਾਟਾ ਆਉਂਦਾ ਉਹ ਵੀ 70% ਉਸ ਪਾਣੀ ਸਮੁੰਦਰ 'ਚ ਆਉਂਦਾ, ਧਰਤੀ 'ਤੇ 70% ਪਾਣੀ ਹੈ ਇਸ ਵਜ੍ਹਾ ਨਾਲ ਆਉਂਦਾ, ਤਾਂ ਵਿਗਿਆਨ ਤਾਂ ਇਹਦਾ ਦੱਸਦਾ ਵੀ ਸੂਰਜ ਦੀ ਅਤੇ ਚੰਦਰਮਾ ਦੀ ਸਥਿਤੀ ਕੀ ਹੈ, ਜਵਾਹਰ ਭਾਟਾ ਆ ਗਿਆ। ਪਰ ਇਹ ਜੇਕਰ ਕਹਿੰਦੇ ਆ ਵੀ ਉਸ ਚੀਜ਼ ਨੂੰ ਰੋਕਿਆ ਜਾ ਸਕਦਾ ਤਾਂ ਉਸੇ
ਆਪਦੇ ਨਗਾਂ ਦੀ ਕਰਕੇ ਜਾਂ ਉਸ ਪੱਥਰ ਦੇ ਕਰਕੇ ਜਵਾਹਰ ਭਾਟਾ ਰੋਕ ਕੇ ਵਿਖਾਉਣ, ਜੇ ਕਹਿੰਦੇ ਨਾ ਸਰ ਅਸੀਂ ਘੱਟ ਕਰ ਸਕਦੇ ਹਾਂ ਜੀ, ਇਹ ਦੱਸਣ ਇਸ ਗੱਲ ਦਾ ਵੀ ਅਸੀਂ ਇੱਕ 5 ਫੁੱਟ ਘੱਟ ਕਰ ਦਿਆਂਗੇ ਜਾਂ 7 ਫੁੱਟ ਘੱਟ ਕਰ ਦਿਆਂਗੇ ਇਹਨਾਂ ਨਗਾਂ ਦੀ ਵਜ੍ਹਾ ਨਾਲ, ਕਿਉਂਕਿ ਨਗਾਂ ਦੀ ਵਜ੍ਹਾ ਨਾਲ ਇਹਦੇ ਤੁਹਾਡੇ ਸਰੀਰ ਦੇ ਉਸ ਪਾਣੀ 'ਤੇ ਅਸਰ ਹੁੰਦਾ, ਪਾਣੀ 'ਤੇ ਅਸਰ ਹੋ ਕੇ ਤੁਹਾਡੇ 'ਤੇ ਉਹ ਜਿਹੜੀ ਉਹ ਜਿਹੜਾ ਗ੍ਰਹਿ ਦਾ ਅਸਰ ਘੱਟ ਜਾਂਦਾ। ਜੇ ਗ੍ਰਹਿ ਦਾ ਅਸਰ 70% ਸਾਡੇ ਸਰੀਰ 'ਚ ਪਾਣੀ ਹੋਣ ਦੇ ਬਾਵਜੂਦ ਘੱਟਦਾ ਹੈ ਤਾਂ ਫਿਰ ਉੱਥੇ ਵੀ ਘਟਣਾ ਚਾਹੀਦਾ, ਪਤਾ ਤਾਂ ਉੱਥੇ ਲੱਗੂਗਾ ਨਾ। ਜਦੋਂ ਆਪਾਂ ਸਬੂਤ ਕਿਸੇ ਗੱਲ ਦਾ ਦੇਵਾਂਗੇ, ਸਬੂਤ ਦੇਣ ਨੂੰ ਕਿਸੇ ਗੱਲ ਦਾ ਤਿਆਰ ਨਹੀਂ। ਹੁਣ ਤੁਸੀਂ ਆ ਗਏ ਵੀ ਜਿਹੜਾ ਡਰਾਵੇ ਦਿੰਦੇ ਆ ਬਾਬੇ ਜੀ, ਬਈ ਉਹ ਕਾਲਾ ਐਲ ਮੈਂ ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਅਸੀਂ ਨਾ ਬਹੁਤ ਕੇਸ ਹੱਲ ਕੀਤੇ, ਤਰਕਸ਼ੀਲ ਸੁਸਾਇਟੀ ਨੇ ਹੁਣ ਤੱਕ ਅਨੇਕਾਂ ਕੇਸ ਹੱਲ ਕੀਤੇ, ਬਹੁਤ ਵੱਡੇ ਵੱਡੇ ਕੇਸ ਹੱਲ ਕੀਤੇ। ਉਹਨਾਂ ਵੱਡਿਆਂ ਕੇਸਾਂ ਦੇ ਵਿੱਚ ਜੇ ਕੋਈ ਕਿਸੇ ਦੇ ਘਰੇ ਅੱਗ ਲੱਗਦੀ ਆ, ਕਿਸੇ ਦੇ ਘਰੇ ਰੋੜੇ ਡਿੱਗਦੇ ਆ, ਕੋਈ ਓਪਰੀ ਆਵਾਜ਼ 'ਚ ਗੱਲਾਂ ਕਰਦਾ, ਕੋਈ ਮਤਲਬ ਆਪਦੇ ਆਪ ਸਿਰ ਘਕਾ ਕੇ ਕਹਿੰਦਾ ਵੀ ਮੇਰੇ 'ਚ ਕੁਛ ਆਇਆ ਹੋਇਆ, ਸਾਰੇ ਕੇਸਾਂ ਦੇ ਵਿੱਚ ਕੋਈ ਨਾ ਕੋਈ ਤਕਲੀਫ, ਕੋਈ ਨਾ ਕੋਈ ਵਜ੍ਹਾ ਨਿਕਲੀ ਆ ਜਿਹੜੀ ਵਜ੍ਹਾ ਕਰਕੇ ਉਹ ਮਰੀਜ਼ ਬਣਿਆ। ਠੀਕ ਹੈ, ਮਰੀਜ਼ ਹੈਗੇ ਆ, ਉਹ ਮਾਨਸਿਕ ਰੋਗੀ ਹੈਗੇ ਆ। ਜੇ ਕਿਸੇ ਨੂੰ ਚੀਜ਼ ਕੋਈ ਦਿਸਦੀ ਆ, ਉਹਦੀ ਮੈਂ ਇੱਕ ਉਦਾਹਰਨ ਦੇ ਸਕਦਾ ਵੀ ਜੇ ਕੋਈ ਚੀਜ਼ ਕਹਿੰਦਾ ਨਾ ਮੈਨੂੰ ਦਿਸਦੀ ਹੈ, ਉਹਦਾ ਇਲਾਜ ਤਰਕਸ਼ੀਲ ਸੁਸਾਇਟੀ ਕੋਲ ਵੀ ਹੈ ਅਤੇ ਉਹਨੂੰ ਉਹ ਦਿਸਦੀ ਵੀ ਹੈ, ਦਿਸਦੀ ਕਿਉਂ ਇਹਦਾ ਨਹੀਂ ਪਤਾ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਆਮ ਤੌਰ ਦੇ ਉੱਪਰ ਨਾ ਇਹ ਬੜਾ ਵੇਖਣ ਨੂੰ ਮਿਲਦਾ ਹੈ ਕਿ ਵੀ ਕੋਈ ਬਾਬੇ ਚੌਂਕੀ ਲਾ ਕੇ ਬੈਠੇ ਨੇ, ਉਹਨਾਂ ਕੋਲ ਬੀਬੀਆਂ ਬੈਠੀਆਂ ਨੇ, ਉਹ ਕਹਿੰਦੇ ਨੇ ਵੀ ਇਹਦੇ ਵਿੱਚ ਕੋਈ ਕਸਰ ਹੈ, ਕੋਈ ਆਉਂਦਾ ਹੈ ਜੀ। ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਤੇ ਕਈ ਵਾਰੀ ਉਹਨਾਂ ਦਾ ਮਾਰ ਕੁਟਾਈ ਵੀ ਕੀਤੀ ਜਾਂਦੀ ਹੈ, ਪੜ੍ਹਨ ਸੁਣਨ ਆ ਕਿ ਵਾਲ ਪੁੱਟੇ ਜਾਂਦੇ ਨੇ, ਘਸੁੰਨ ਮਾਰੇ ਜਾਂਦੇ ਜਾਂ ਚਿਮਟਿਆਂ ਨਾਲ ਕੁੱਟਿਆ ਜਾਂਦਾ ਹੈ, ਤੇ ਫਿਰ ਉਹਦੇ ਅੰਦਰ ਇੱਕ ਹੋਰ ਤਰ੍ਹਾਂ ਦੀ ਆਵਾਜ਼ ਪੈਦਾ ਹੁੰਦੀ ਹੈ ਤੇ ਉਹ ਕਹਿੰਦੇ ਮੈਂ ਤਾਂ ਉਹ ਫਲਾਣਾ ਬੰਦਾ ਹੈ ਤੇ ਮੇਰੀ ਮੌਤ ਹੋ ਗਈ ਸੀ ਤੇ ਜਦੋਂ ਫਲਾਣੇ ਕੋਲੋਂ ਲੰਘੀ ਤੇ ਮੈਨੂੰ ਚਿੰਬੜ ਗਿਆ। ਹਾਂਜੀ ਹਾਂਜੀ, ਤੇ ਇਹ ਕੀ ਹੁੰਦਾ ਇਹਦੇ, ਇੱਕ ਤਾਂ ਬੀਬੀਆਂ ਦੀ ਆਵਾਜ਼ ਕਿਵੇਂ ਬਦਲ ਜਾਂਦੀ ਹੈ ਥੋੜੀ ਜੀ, ਇੱਕ ਤਾਂ ਸੰਧੂ ਸਾਹਿਬ ਦੀ ਵਾਸੇ ਵਾਲੀ ਗੱਲ ਸੁਣਾ ਦਿਆਂ ਉਹ ਮਤਲਬ ਕਹਿਣ ਦਾ ਭਾਵ ਜੀ ਉਹ ਐਕਟ ਕਰ ਰਹੀਆਂ ਨੇ ਬੜੀਆਂ ਅੱਛੀਆਂ ਐਕਟਰਸ ਨੇ ਜੀ, ਫਿਰ ਉਹ ਜਾਂ ਕੀ ਕਿ ਮਾਨਸਿਕ ਬਿਮਾਰੀ ਦੇ ਚੱਲਦਿਆਂ ਕਿ ਵੀ ਇਹ ਕੀ ਅਸਲ ਦੇ ਵਿੱਚ ਮਨੋਰੋਗ ਆ ਜਿਹੜਾ, ਇੱਕ ਮਤਲਬ ਤੁਸੀਂ ਮੇਰਾ ਸਵਾਲ ਸਮਝ ਗਏ? ਬਿਲਕੁਲ ਸਮਝ ਗਿਆ, ਬਿਲਕੁਲ ਸਮਝ ਗਿਆ। ਹਾਂਜੀ ਹਾਂਜੀ, ਇੱਕ ਨਾ ਬੀਬੀ ਪਖੰਡ ਕਰਦੀ ਹੁੰਦੀ ਸੀ ਕੋਈ ਤਰਨ ਤਾਰਨ ਵੱਲ ਦੀ ਜੀ, ਸਿੱਖ ਇਤਿਹਾਸਕਾਰ ਆ ਇੰਦਰ ਸਿੰਘ ਘੱਗਾ, ਉਹਨੇ ਗੱਲ ਸੁਣਾਈ ਇਹ, ਉਹ ਕਹਿੰਦੀ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ। ਅੱਛਾ ਜੀ, ਉਹ ਹੁਣ ਦੀਪ ਸਿੰਘ ਨੇ ਤਾਂ ਸਾਰੀ ਗੁਰਬਾਣੀ ਉਹਦੇ ਯਾਦ ਸੀ, ਉਹਨੇ ਪਤਾ ਉਹ ਵੀ ਜਦੋਂ ਦੀਪ ਸਿੰਘ ਆਇਆ ਹੋਇਆ ਨਾ ਤੇ ਮੈਨੂੰ ਸੱਦ ਲਿਓ। ਠੀਕ ਹੈ, ਜਦੋਂ ਦੀਪ ਸਿੰਘ ਉਹ ਬਾਬੇ 'ਚ ਉਹ ਬੀਬੀ 'ਚ ਆਇਆ ਤੇ ਉਹ ਉਹਨਾਂ ਨੇ ਉਹ ਸੱਦ ਲਿਆ ਵੀ ਆ ਜਾਓ ਜੀ, ਉਹ ਤਾਂ ਬਾਬਾ ਦੀਪ ਸਿੰਘ ਆ ਗਿਆ ਉਹਨਾਂ 'ਚ, ਉਹ ਤਾਂ ਉਹਦੇ ਨਾਲ ਆਪਦਾ ਕਾਰੋਬਾਰ ਚਲਾਈ ਬੈਠੀ ਤਕੜਾ। ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਉਹਨੇ ਉਹਦੇ ਫੜ ਲਈ ਕੇਸ, ਕਹਿੰਦਾ ਦੀਪ ਸਿੰਘ ਤੈਨੂੰ ਤਾਂ ਸਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਯਾਦ ਆ ਤੇ ਮੈਨੂੰ 4 ਪੌੜੀਆਂ ਜਿਹੜੀਆਂ ਤੇਰੇ ਯਾਦ ਆ ਉਹ ਸੁਣਾ। ਹੁਣ ਪੌੜੀ ਤਾਂ ਬੀਬੀ ਨੂੰ ਇੱਕ ਵੀ ਨਹੀਂ ਸੀ ਆਉਂਦੀ, ਉੱਥੇ ਪਤਾ ਲੱਗਦਾ ਨਾ ਸਰ। ਫਿਰ ਇੱਕ ਹੋਰ ਸੁਣਾਉਂਦੇ ਹੁੰਦੇ ਹਾਸੇ ਵਾਲੀ ਗੱਲ, ਕਿਸੇ ਬੀਬੀ 'ਚ ਕੋਈ ਬੀਬੀ ਆਉਣ ਲੱਗ ਗਈ, ਫੌਜੀ ਦੇ ਕਿਸੇ ਦੇ ਘਰ ਵਾਲੀ ਮਰ ਗਈ, ਉਹ ਬੀਬੀ 'ਚ ਕਿਸੇ 'ਚ ਬੋਲਣ ਲੱਗ ਗਈ ਪਿੰਡ ਦੇ ਜਮ੍ਹਾਂ ਦੂਜੇ ਪਾਸੇ, ਉਹ ਰੋਜ਼ ਰੌਲਾ ਪਾਇਆ ਕਰੇ ਮੇਰੇ 'ਚ ਉਹ ਆ ਗਈ, ਮੇਰੇ 'ਚ ਉਹ ਆ ਗਈ, ਅਤੇ ਰੌਲਾ ਪਾ ਕੇ ਮਤਲਬ ਸਿਰ ਸੁਰ ਘਕਾਉਣ ਦਾ ਆਪਦਾ ਖੇਖਣ ਕਰਿਆ ਕਰੇ। ਉਹ ਫੌਜੀਆਂ ਦਾ ਵੀ ਮੈਨੂੰ ਸੱਦ ਲਿਓ, ਜਦੋਂ ਫੌਜੀ ਨੂੰ ਸੱਦ ਲਿਆ ਕੇ ਵੀ ਤੇਰੇ ਘਰ ਵਾਲੀ ਆ ਗਈ ਆ ਜਾ, ਜਦੋਂ ਗਿਆ ਉਹਨੇ ਫੜ ਕੇ ਬਾਂਹ ਘਰ ਨੂੰ ਖਿੱਚ ਤੁਰਿਆ, ਆਂਹਦਾ ਘਰੇ ਜਵਾਕ ਭੁੱਖੇ ਬੈਠਿਆ ਰੋਟੀਆਂ ਲਾਉਣ ਵਾਲੀਆਂ ਪਈਆਂ, ਤੂੰ ਆਉਂਦਾ ਇੱਥੇ ਤੁਰੀ ਫਿਰਦੀ, ਇਹਦੇ 'ਚ ਬੋਲਦੀ ਫਿਰਦੀ, ਚੱਲ ਪਹਿਲਾਂ ਤਾਂ ਘਰੇ ਰੋਟੀਆਂ ਲਾ, ਉਦੋਂ ਹੀ ਹਟ ਗਈ ਸਿਰ ਘਕਾਉਣ। ਮਤਲਬ ਜਦੋਂ ਆਪਾਂ ਉਹਦੀ ਗੱਲ ਅਸਲ 'ਚ, ਇਹ ਤੁਹਾਨੂੰ ਮੈਂ ਦੱਸਦਾ ਵੀ ਅਸਲ 'ਚ ਬੋਲਦੀ ਚੀਜ਼ ਕੀ ਹੈ ਅਤੇ ਕੌਣ। ਠੀਕ ਹੈ, ਇਹ ਮੈਂ ਨਾ ਅਧਿਆਪਕ ਸੈਮੀਨਾਰ 'ਚ, ਤੁਸੀਂ ਅਧਿਆਪਕ ਸਾਥੀਆਂ ਤੋਂ ਜੇ ਕਿਸੇ ਨੇ ਦੇਖਿਆ ਤਾਂ ਮੈਂ ਅਜੀਤ ਵਾਲ, ਤਕਰੀਬਨ 60-70 ਅਧਿਆਪਕ ਸੀਗੇ ਸਾਡੇ, ਉਹਨਾਂ 'ਚ ਮੈਂ ਸਮੋਹਿਤ ਕਰਕੇ ਦਿਖਾਇਆ ਸੀ ਇੱਕ ਅਧਿਆਪਕ ਨੂੰ, ਬਲਜੀਤ ਸਿੰਘ ਆ ਅਜੀਤ ਵਾਲ, ਜਿਹਨੂੰ ਹਿਪਨੋਟਾਈਜ਼, ਹਾਂਜੀ, ਜਿਹਨੂੰ ਸਮੋਹਿਤ ਕਰਨਾ ਕਹਿੰਦੇ। ਫਿਰ ਮੈਂ ਇੱਕ ਬ੍ਰਹਮ ਕੁਮਾਰੀਆਂ ਦਾ ਇੱਕ ਬਹੁਤ ਵੱਡਾ ਉੱਥੇ ਅੱਡਾ ਚਲਾਇਆ ਵਾ, ਖੇਖਣ ਚਲਾਇਆ, ਮਤਲਬ ਇਸੇ ਤਰ੍ਹਾਂ ਹੀ ਉਹ ਵੀ ਸੰਬੋਧਿਤ ਕਰਦੇ ਹਾਂ। ਬ੍ਰਹਮ ਕੁਮਾਰੀਆਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ 7 ਦਿਨ ਵਾਸਤੇ ਗਏ ਸੀ, ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਨੇ ਭੇਜਿਆ ਸੀ, ਉਹਦੇ 'ਚ ਮੈਂ ਇੱਕ ਸੁਸ਼ੀਲ ਕੁਮਾਰ ਆ ਸਾਡੇ ਕੋਟਕਪੂਰੇ ਦੇ, ਉਹਨਾਂ ਨੂੰ ਸੰਬੋਧਿਤ ਕੀਤਾ ਸੀ। ਉਹਨਾਂ ਦੋਨਾਂ ਨੂੰ ਸੰਬੋਧਿਤ ਕਰਕੇ ਮੈਂ ਵਿਖਾਇਆ ਸੀ ਵੀ ਆਹ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਸਾਡੇ 'ਚ ਸ਼ਕਤੀ ਹੈ, ਸ਼ਕਤੀ ਨਹੀਂ ਕੋਈ ਹੈ, ਅਸਲ 'ਚ ਇਹਦਾ ਇੱਕ ਵਿਗਿਆਨਕ ਕਾਰਨ ਹੈ, ਕਿਉਂ ਸਮੋਹਿਤ ਹੁੰਦਾ ਅਤੇ ਕਾਹਦੇ ਲਈ ਕਰਨਾ, ਹੁਣ ਮੈਂ ਦੱਸਾਂ ਵੀ ਕਾਹਦੇ ਲਈ ਕਰਨਾ ਜੀ, ਉੱਥੇ ਪਤਾ ਲੱਗੂ ਅਸਲ। ਠੀਕ ਹੈ, ਫਰਜ਼ ਕੀਤਾ ਇੱਕ ਸਾਡੇ ਕੋਲ ਕੇਸ ਆਇਆ, ਉਹ ਬੱਚਾ ਸਾਨੂੰ ਕਹਿੰਦਾ ਜੀ ਉਹ ਇੱਕ ਪਿੰਡ 'ਚੋਂ ਦੂਜੇ ਪਿੰਡ ਪੜ੍ਹਨ ਆਉਂਦਾ ਸੀ, ਉਹ ਬੱਚਾ ਕਹਿੰਦਾ ਜੀ ਆਹਦਾ ਉਹ ਰਾਹ 'ਚ ਸੀ ਸਿਵੇ, ਉਹ ਕਹਿੰਦਾ ਜੀ ਜਦੋਂ ਮੈਂ ਤੜਕੇ ਟਿਊਸ਼ਨ ਪੜ੍ਹਨ ਆਉਂਦਾ ਨਾ ਅਤੇ ਸਿਵਿਆਂ ਦੇ ਵਿੱਚੋਂ ਮੇਰੇ ਮਗਰ ਇੱਕ ਚੀਜ਼ ਬਹਿੰਦੀ ਹੈ ਸਾਈਕਲ 'ਤੇ, ਅਤੇ ਮੇਰਾ ਸਾਈਕਲ ਡੋਲਣ ਲੱਗ ਜਾਂਦਾ। ਠੀਕ ਹੈ, ਬਿਲਕੁਲ ਠੀਕ ਹੁੰਦਾ ਉਹ, ਸੰਧੂ ਸਾਹਿਬ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਨਹੀਂ ਡੋਲਦਾ, ਉਹਨੂੰ ਭਾਰ ਨਹੀਂ ਮਹਿਸੂਸ ਹੁੰਦਾ, ਪਰ ਰੌਲਾ ਕਿੱਥੇ ਪਿਆ ਆਪਾਂ ਸਿਰਫ ਉਹ ਦੇਖਣਾ ਜੀ। ਉਹ ਉਹਦੇ ਮਗਰ ਬੈਠੀ ਚੀਜ਼ ਪੜ੍ਹਨ ਆਇਆ, ਉਹ ਕਹਿੰਦਾ ਜੀ ਜਦੋਂ ਮੈਂ ਜਾਣਾ ਵਾਪਸ
ਉਦੋਂ ਫਿਰ ਉਹ ਉੱਥੇ ਉੱਤਰ ਜਾਂਦੀ ਹੈ ਅਤੇ ਮੇਰਾ ਸਾਈਕਲ ਵੀ ਹੌਲਾ ਹੋ ਜਾਂਦਾ ਅਤੇ ਮੈਂ ਮਤਲਬ ਮੇਰੇ ਰੋਜ਼ ਨਾ ਇਹ ਗੱਲ ਵਾਪਰਦੀ, ਉਹ ਵਿਚਾਰਾ ਡਰਦਾ ਉਹਨੂੰ ਹਟ ਗਿਆ, ਉਹ ਕੇਸ ਸਾਡੇ ਕੋਲ ਆ ਗਿਆ। ਜਦੋਂ ਇਹਦੀ ਪਛਾਣ ਕੀਤੀ ਉਹਨੂੰ ਸਮੋਹਿਤ ਕਰਨਾ ਪੈਣਾ ਸੀ ਕਿਉਂਕਿ ਉਹਦੇ ਸਾਡੇ ਤਿੰਨ ਭਾਗ ਹੈ ਦਿਮਾਗ ਦੇ, ਉਹਨਾਂ 'ਚ ਪਿਆ, ਭਾਗਾਂ ਦੀ ਆਪਾਂ ਗੱਲ ਕਰਦੇ ਮਗਰ ਤਿੰਨ ਭਾਗ ਆ, ਉਹਨਾਂ ਭਾਗਾਂ 'ਚ ਪਿਆ ਉਹ ਕਿੱਥੇ ਪਿਆ, ਮਤਲਬ ਉਹਨੂੰ ਜਦੋਂ ਅਸੀਂ ਸਮੋਹਿਤ ਕੀਤਾ, ਸਮੋਹਿਤ ਕਰਕੇ ਉਹਦਾ ਇਲਾਜ ਕਿਵੇਂ ਕਰਨਾ, ਉਹਨੂੰ ਸਮੋਹਿਤ ਕਰਕੇ ਉਵੇਂ ਉਹਨੂੰ ਕਹਿਣਾ ਵੀ ਸਾਈਕਲ ਚੱਕ ਲਾ। ਸਮੋਹਿਤ ਕਰਨ ਬਾਰੇ ਪਹਿਲਾਂ, ਕਿਉਂਕਿ ਸਾਡੇ ਬਹੁਤ ਸਾਰੇ ਪ੍ਰਾਈਮ ਏਸ਼ੀਆ ਦੇ ਦਰਸ਼ਕ ਜਿਹੜੇ ਸ਼ਾਇਦ ਨਹੀਂ ਜਾਣਦੇ ਹੋਣਗੇ ਕਿ ਵੀ ਸਮੋਹਿਤ ਕਰਨਾ ਜਾਂ ਹਿਪਨੋਟਾਈਜ਼ ਕਰਨਾ ਕੀ ਹੁੰਦਾ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਵੀ ਕੀ ਉਹਦਾ ਅਸਲ 'ਚ ਹੈ। ਵੀ ਇਸੇ ਤਰ੍ਹਾਂ ਆਪਣੇ ਬੈਠਿਆਂ ਨੂੰ ਅਸੀਂ ਇੱਕ ਚਮਕਦਾਰ ਚੀਜ਼ ਦਿਖਾਉਂਦੇ ਹਾਂ ਜਾਂ ਕਿਤੇ ਉਹਦਾ ਧਿਆਨ ਕੇਂਦਰਿਤ ਕਰਦੇ ਹਾਂ, ਠੀਕ ਹੈ ਜੀ, ਉਹਨੂੰ ਅੱਖਾਂ ਝਪਕਣ ਤੋਂ ਰੋਕਦੇ ਹਾਂ, ਠੀਕ ਹੈ, ਫਿਰ ਉਹਨੂੰ ਆਪਣੇ ਸੁਝਾਅ ਦੇਣੇ ਸ਼ੁਰੂ ਕਰਦੇ ਹਾਂ ਵੀ ਤੇਰਾ ਸਰੀਰ ਸੌਂ ਰਿਹਾ, ਤੇਰਾ ਸਰੀਰ ਲਗਾਤਾਰ ਸੌਂ ਰਿਹਾ, ਸਵਸਥ ਹੋ ਰਿਹਾ, ਇਸ ਤਰ੍ਹਾਂ ਦੇ ਸੁਝਾਅ ਦੇਣ ਲੱਗਦੇ ਹਾਂ, ਠੀਕ ਹੈ ਜੀ। ਉਹ ਥੋੜ੍ਹੇ ਜਿਹੇ ਸੁਝਾਵਾਂ ਤੋਂ ਬਾਅਦ ਸਾਡੇ ਸੁਝਾਅ ਉਹ ਲੈਣ ਲੱਗ ਜਾਂਦਾ, ਠੀਕ ਹੈ ਜੀ। ਜਦੋਂ ਸਾਡੇ ਸੁਝਾਅ ਲੈਣ ਲੱਗ ਗਿਆ, ਭਾਵੇਂ ਉਹਦੀਆਂ ਅੱਖਾਂ ਖੁੱਲੀਆਂ, ਭਾਵੇਂ ਬੰਦ ਆ, ਭਾਵੇਂ ਕੁਛ ਹੈ, ਜਿਹੜੇ ਸਾਡੇ ਸੁਝਾਅ ਉਹਨਾਂ ਦਾ ਅਸਰ ਹੋਊਗਾ, ਉਹਨੂੰ ਆਪਦੇ ਤੌਰ 'ਤੇ ਉਹ ਚੇਤਨ ਤੌਰ 'ਤੇ ਕੁਛ ਸੋਚ ਨਹੀਂ ਸਕਦਾ। ਅੱਛਾ ਜੀ, ਇੱਦਾਂ ਮਤਲਬ ਹਰੇਕ ਪ੍ਰਾਣੀ ਨਾਲ ਹੁੰਦਾ? ਹਰੇਕ ਪ੍ਰਾਣੀ ਨਾਲ ਤਕਰੀਬਨ ਹੋ ਜਾਂਦਾ, ਜਿਹੜਾ 60 ਸਾਲ ਤੋਂ ਵੱਧ ਉਮਰ ਵਾਲਾ ਉਹ ਥੋੜ੍ਹਾ ਜਿਹਾ ਘੱਟ ਮਤਲਬ ਹੁੰਦਾ, ਜਿਹੜਾ ਜਿੰਨਾ ਹੀ ਵੱਧ ਚੁਸਤ ਹੈ, ਵੱਧ ਚਲਾਕ ਆ, ਉਨਾ ਹੀ ਛੇਤੀ ਹੁੰਦਾ, ਜਿੰਨਾ ਹੀ ਇਹਦੇ 'ਚ ਥੋੜ੍ਹਾ ਜਿਹਾ ਆਪਾਂ ਦਿਮਾਗੀ ਤੌਰ 'ਤੇ ਕਹਿ ਦਿੰਦੇ ਹਾਂ ਢਿੱਲਾ, ਉਹ ਥੋੜ੍ਹਾ ਜਿਹਾ ਘੱਟ ਸਮੋਤ ਹੋਊਗਾ, ਕਿਉਂਕਿ ਇਹਦੇ ਵਿੱਚ ਵੀ ਉਸ ਦਿਮਾਗ ਨੂੰ ਫੜਨਾ ਪੈਣਾ ਨਾ, ਠੀਕ ਹੈ, ਉਹਦਾ ਚੁਸਤ ਦਿਮਾਗ ਹੈ, ਛੇਤੀ ਫੜਿਆ ਜਾਂਦਾ। ਅੱਛਾ, ਉਹ ਮਤਲਬ ਉਹਨੂੰ ਸਮੋਤ ਕਰ ਲਿਆ ਬੱਚੇ ਨੂੰ, ਠੀਕ ਹੈ, ਜਦੋਂ ਸਮੋਤ ਕੀਤਾ ਉਹਨੂੰ ਕਿਹਾ ਵੀ ਸਾਈਕਲ ਚੱਕ ਲਿਆ, ਉਹਨੇ ਸਾਈਕਲ ਚੱਕ ਲਿਆ, ਉਹ ਮੈਂ ਪਿਆ ਹੈ ਵੈਸੇ ਉਹ, ਪਰ ਉਹਨੇ ਆਪਦੇ ਖਿਆਲਾਂ ਦੇ ਵਿੱਚ ਸਾਈਕਲ ਚੱਕ ਲਿਆ, ਉਹਨੂੰ ਕਿਹਾ ਵੀ ਸਿਵਿਆਂ ਦੇ ਕੋਲ ਦੀ ਲੰਘ, ਉਹ ਸਿਵਿਆਂ ਦੇ ਕੋਲ ਦੀ ਲੰਘਣ ਲੱਗਾ, ਜਦੋਂ ਉਹਨੂੰ ਕਿਹਾ ਵੀ ਦੇਖ ਹੁਣ ਤੇਰੇ ਮਗਰ ਚੀਜ਼ ਬਹਿ ਗਈ, ਆਂਦੇ 'ਚ ਬਹਿ ਗਈ, ਉਹਦਾ ਫਿਰ ਸਾਈਕਲ ਮੋੜ ਕੇ ਸੀ ਗਿਆ ਸਿਵਿਆਂ ਦੇ ਅੰਦਰ ਹੀ ਕਰ ਲਿਆ ਖਿਆਲਾਂ 'ਚ, ਵੀ ਅੰਦਰ ਕਰ ਲਾ ਸਾਈਕਲ, ਸਾਈਕਲ ਕੰਧ ਨਾ ਲਾ ਦੇ, ਲਾ ਤਾ, ਖਿਆਲਾਂ ਦੇ ਵਿੱਚ ਹੀ ਹੈ, ਖਿਆਲਾਂ ਦੇ ਵਿੱਚ ਹੀ ਹੈ, ਚੀਜ਼ ਉੱਤਰ ਗਈ, ਉਹਨੇ ਕਹਿਣਾ ਹਾਂਜੀ ਉੱਤਰ ਗਈ, ਦਿਸਦੀ ਆ, ਉਹਨੇ ਕਹਿਣਾ ਹਾਂਜੀ ਦਿਸਦੀ ਆ, ਕਿਉਂਕਿ ਦਿਖਾਈ ਵੀ ਆ ਉਹਨੂੰ ਵੀ ਆਹ ਕਾਲੀ ਚੀਜ਼ ਖੜੀ ਹੈ ਜਾਂ ਉੱਤਰੀ ਹੈ, ਦਿਖਾਤੀ, ਦਿਸ ਗਈ, ਦਿਸ ਗਈ, ਹੁਣ ਤੂੰ ਇਉਂ ਕਰ ਇੱਕ ਕਹੀ ਪਈ ਹੈ, ਕਹੀ ਚੱਕ ਲਾ, ਉਹਦੇ ਖਿਆਲਾਂ 'ਚ ਕਹੀ ਪਈ ਹੈ ਅਤੇ ਕਹੀ ਉਹਨੇ ਚੱਕ ਲੈਣੀ, ਟੋਆ ਪੱਟ ਲਾ, ਉਹਨੇ ਟੋਆ ਪੱਟ ਲੈਣਾ, ਕਿਉਂ ਪੱਟਿਆ ਗਿਆ, 5 ਫੁੱਟ ਪੱਟਿਆ ਗਿਆ, ਪੱਟਿਆ ਗਿਆ, ਹੁਣ ਇਹਨੂੰ ਚੀਜ਼ ਨੂੰ ਵਿੱਚ ਦੱਬ ਦੇ, ਉਹਨੇ ਚੀਜ਼ ਉਹ ਵਿੱਚ ਦੱਬ ਦੇਣੀ ਹੈ, ਹੁਣ ਇਹਦੇ ਉੱਤੇ ਮਿੱਟੀ ਪਾ ਦੇ, ਅੱਜ ਤੋਂ ਇਹ ਚੀਜ਼ ਤੇਰੇ ਸਾਈਕਲ ਮਗਰ ਨਹੀਂ ਬੈਠੂਗੀ, ਜਦੋਂ ਉਹਨੂੰ ਉਠਾਵਾਂਗੇ ਉਹ ਬਿਲਕੁਲ ਤੰਦਰੁਸਤ ਹੋਊਗਾ, ਉਹਦੇ ਚੀਜ਼ ਮਗਰੋਂ ਉਹ ਨਹੀਂ ਬੈਠੂਗੀ, ਕਿਉਂਕਿ ਉਹ ਇੱਕ ਦਿਮਾਗ 'ਚ ਪਈ, ਹੁਣ ਪਈ ਕਿੱਥੇ, ਥੋੜ੍ਹਾ ਜਿਹਾ ਟਾਈਮ ਮੈਂ ਲਊਂਗਾ। ਜ਼ਰੂਰ ਜ਼ਰੂਰ, ਨਹੀਂ ਮੈਂ ਉਹ ਗੱਲ ਕਰਨ ਲੱਗਾ ਜਿਹੜੀ ਇਹ ਚੀਜ਼ ਪਈ ਕਿੱਥੇ ਆ, ਇਹ ਇੱਕ ਇਹਦੇ ਨਾਲ ਦੀ ਫਿਲਮ ਵੀ ਬਣੀ ਸੀ, ਕਾਰਤਿਕ ਕਾਲਿੰਗ ਕਾਰਤਿਕ ਹਿੰਦੀ ਫਿਲਮ ਬਣੀ ਸੀ, ਉਹਦੇ ਵਿੱਚ ਵੀ ਦੱਸਿਆ ਗਿਆ ਸੀ ਅਚੇਤ ਮਨ ਦੇ ਵਿੱਚ ਕਿਵੇਂ ਕੋਈ ਡਰ ਬੈਠ ਜਾਂਦਾ ਹੈ ਅਤੇ ਵਿਅਕਤੀ ਉਹਨਾਂ ਦੇ ਦਿਮਾਗ ਦੇ ਕਿੰਨੇ ਹਿੱਸੇ ਹੁੰਦੇ। ਸੋ ਇਹ ਗੱਲ ਜਿਹੜੀ ਤੁਸੀਂ ਹੁਣ ਦੱਸਣ ਲੱਗੇ ਥੋੜ੍ਹੀ ਜੀ ਵਿਸਥਾਰ ਨਾਲ ਹੀ ਦੱਸਿਓ, ਕਿਉਂਕਿ ਸਮਾਂ ਹੁਣ ਜਿਹੜਾ ਜੀ ਫਿਰ ਬ੍ਰੇਕ ਦਾ ਹੋ ਗਿਆ, ਫਿਰ ਗੱਲ ਜਿਹੜੀ ਹੈ ਨਾ ਉਹਦੇ ਵਿਚਕਾਰ ਜੇ ਰਹਿ ਜਾਣੀ। ਠੀਕ ਆ, ਕੋਈ ਗੱਲ, ਹਾਂਜੀ, ਸੁਰਜੀਤ ਦੋਧਰ ਹੋਣੀ ਸੱਚਮੁੱਚ ਜੀ ਬੜੀ ਬਾਰੀਕੀ ਦੇ ਨਾਲ ਜਿਹੜੀ ਉਹ ਗੱਲ ਸਮਝਾ ਰਹੇ ਨੇ ਅਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਸੋ ਜਲਦੀ ਬ੍ਰੇਕ ਤੋਂ ਬਾਅਦ ਵਾਪਸ ਪਰਖ ਅਤੇ ਅਗਲੀ ਜਿਹੜੀ ਗੱਲ ਦੀ ਲੜੀ ਇਹਨਾਂ ਦੇ ਨਾਲ ਜੋੜਦੇ ਹਾਂ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ, ਔਰ ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਰਜੀਤ ਦੋਧਰ ਹੁਣੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ। ਤੁਸੀਂ ਗੱਲ ਜਿਹੜੀ ਸੀ ਵਿਸਥਾਰ ਦੇ ਨਾਲ ਦੱਸਣ ਲੱਗੀ ਸੀ ਕਿ ਹਾਂਜੀ ਉਹਦੇ ਤੁਸੀਂ ਚੱਲ, ਉਹ ਅਸਲ 'ਚ ਨਾ ਮੈਂ ਇੱਕ ਤਾਂ ਜੋੜੂੰਗਾ, ਮੈਂ ਪਿਛਲੀਆਂ ਘਟਨਾਵਾਂ ਜਿਹੜੀਆਂ ਮੇਰੇ ਕਹਾਣੀ ਹੈ ਤਕਰੀਬਨ ਪੰਜਾਬ 'ਚੋਂ ਆਏ ਹੋਏ ਸਾਥੀ ਉਹ ਜਾਣਦੇ ਆ ਉਹਨਾਂ ਘਟਨਾਵਾਂ ਬਾਰੇ, ਠੀਕ ਹੈ। ਇੱਕ ਮੈਂ ਜੋੜੂੰਗਾ ਵੀ ਉਹ ਅਸਲ 'ਚ ਕੰਮ ਕਿਵੇਂ ਕਰਦੀ ਹੈ, ਦੋਵੇਂ ਗੱਲਾਂ ਮੈਂ ਸੁਣਾਉਣ ਲੱਗਿਆ। ਇੱਕ ਤਾਂ ਹੈ ਵੀ ਸਾਡੇ ਨਾ 75 'ਚ 74-75 'ਚ ਜੀ ਪਿੰਡਾਂ ਦੇ ਵਿੱਚ ਇੱਕ ਪਿੱਤਲ ਦੇ ਸਟੋਵ ਨੇ ਲੱਤਾਂ ਮਾਰੀਆਂ ਸੀ, ਪਿੱਤਲ ਦਾ ਸਟੋਵ ਹੁੰਦਾ ਸੀ, ਉਹਦੇ 3 ਲੱਤਾਂ ਹੁੰਦੀਆਂ, ਬਿਲਕੁਲ ਜੀ ਮੈਂ ਵੀ ਦੇਖਿਆ ਜੀ। ਉਹ ਲੱਤਾਂ ਮਾਰਨੀਆਂ ਉਹਨੇ ਸ਼ੁਰੂ ਕਰਤੀਆਂ ਸੀ, ਉਹ ਕੀ ਸੀ ਮੈਂ ਸਾਡਾ ਥੋੜ੍ਹਾ, ਕਿਉਂਕਿ ਨਵਾਂ ਜੂਥ ਬੈਠਾ ਜੋ ਸੁਣ, ਬਿਲਕੁਲ ਥੋੜ੍ਹੀ ਜਿਹੀ ਗੱਲ ਦੱਸ ਦੀ ਜੀ। ਸਾਡੇ ਘਰ 'ਚ ਉਹ ਖੁਦ ਮੇਰੀ ਮਾਂ ਭਾਵੇਂ ਅੰਮ੍ਰਿਤਧਾਰੀ ਸੀ ਪਰ ਇਹੋ ਜਿਹੀਆਂ ਗੱਲਾਂ 'ਚ ਵਿਸ਼ਵਾਸ ਕਈ ਵਾਰੀ ਹੁੰਦਾ, ਅਸੀਂ ਬਾਅਦ 'ਚੋਂ ਮਤਲਬ ਸਾਰਾ, ਕਿਉਂਕਿ ਲਾਜ਼ਮੀ ਹੈ ਵੀ ਸਾਨੂੰ ਵਿਰਾਸਤ 'ਚ ਬੜਾ ਕੁਛ ਮਿਲਦਾ, ਅਤੇ ਉਦੋਂ ਸਾਡੇ ਘਰ ਆਂਢ ਗੁਆਂਢ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਸਟੋਵ ਵਾਲਾ ਕੰਮ ਕੀਤਾ ਸੀ ਜੀ। ਇੱਕ ਚੌਂਕੇ ਦੇ ਵਿੱਚ ਗਾਂ ਦਾ ਗੋਹਾ ਲਿਆ ਕੇ ਉੱਥੇ ਮਤਲਬ ਗੋਹਾ ਉਹ ਤਾਜ਼ਾ ਜਿਹੜਾ ਫੇਰਿਆ ਗਿਆ, ਉੱਥੇ ਧੂਫ ਬੱਤੀ ਕੀਤੀ ਗਈ, ਜਾਣੀ ਜਿਹਨੂੰ ਆਪਾਂ ਥਾਂ ਪਵਿੱਤਰ ਕਰਨਾ ਕਹਿੰਦੇ ਹਾਂ, ਪਵਿੱਤਰ ਕਰਤਾ, ਪਵਿੱਤਰ ਕਰਨ ਤੋਂ ਬਾਅਦ ਉਹ ਸਟੋਵ ਸੀ ਜਿਹੜਾ ਉਹਨੂੰ ਮਾਂਜ ਲਿਆ ਗਿਆ, ਮਾਂਜ ਕੇ ਅਤੇ 3 ਨਾਬਾਲਗ ਕੁੜੀਆਂ ਜਿਹੜੀਆਂ ਬਾਲਗ ਨਹੀਂ ਹੋਈਆਂ ਉਹਨਾਂ ਨਾਬਾਲਗ ਕੁੜੀਆਂ ਨੂੰ ਲੱਭਿਆ, ਉਹਨਾਂ ਨੂੰ ਨਵਾ ਕੇ ਅਤੇ ਕੱਪੜੇ ਪਾ ਕੇ ਅਤੇ ਉਹਨੂੰ ਉਹਨੂੰ ਸਟੋਵ ਦੇ ਦੁਆਲੇ ਬਿਠਾਤਾ, ਠੀਕ ਹੈ ਜੀ। ਉਹ ਦੋ ਉਂਗਲਾਂ ਆਏ ਆਪਦੀਆਂ ਉਹਨਾਂ ਨੇ ਸਟੋਵ 'ਤੇ ਰੱਖ ਲਈਆਂ ਅਤੇ ਲਗਾਤਾਰ ਧਿਆਨ ਉਹਨਾਂ ਦਾ ਸਟੋਵ 'ਤੇ ਸੀ, ਇੱਕ ਇੱਥੇ ਬੈਠੀ, ਇੱਕ ਉੱਥੇ ਬੈਠੀ, ਇੱਕ ਉੱਥੇ ਬੈਠੀ, ਤਿੰਨਾਂ ਨੇ ਸਟੋਵ 'ਤੇ ਉਂਗਲਾਂ ਰੱਖ ਲਈਆਂ। ਕੁਛ ਦੇਰ ਬਾਅਦ ਉਹ ਸਟੋਵ ਲੱਤਾਂ ਮਾਰਨ
ਉਦੋਂ ਮਹੀਨਾ ਦੋ ਮਹੀਨੇ ਉਹਨੇ ਲੱਤਾਂ ਮਾਰਦਾ ਰਿਹਾ, ਹੌਲੀ ਹੌਲੀ ਮਤਲਬ ਲੋਕ ਆਪ ਹੀ ਪੁੱਛਣ ਲੱਗ ਗਏ ਸਟੋਵ ਨੂੰ ਵੀ ਤੂੰ ਕਿੰਨੇ ਕੁ ਦਿਨ ਚੱਲੇਗਾ ਜਾਂ ਕਿਵੇਂ ਆ, ਕੁਛ ਇਹੋ ਜਿਹੀਆਂ ਗੱਲਾਂ, ਮਤਲਬ ਜਿੰਨੀ ਕੁ ਮੈਨੂੰ ਯਾਦ ਆ। ਅਤੇ ਉਹ ਆਪਦੇ ਆਪ ਫਿਰ ਹਟਿਆ ਦੋ ਕੁ ਮਹੀਨੇ ਬਾਅਦ, ਜਦੋਂ ਲੋਕਾਂ ਨੂੰ ਸਮਝ ਆ ਗਈ, ਕਿਉਂਕਿ ਵਿੱਚ ਬਹੁਤ ਕੁਛ ਗਲਤ ਵੀ ਦੱਸਦਾ ਸੀ ਉਹ, ਕੁਛ ਠੀਕ ਵੀ ਦੱਸਦਾ ਸੀ, ਕਿਉਂਕਿ ਤਾਂ ਪਤਾ ਹੀ ਹੈ। ਅਤੇ ਉਹ ਕੁੜੀਆਂ ਅਸਲ 'ਚ ਹੁਣ ਪਤਾ ਲੱਗਾ ਵੀ ਉਹ ਕੁੜੀਆਂ ਅਸਲ 'ਚ ਜਦੋਂ ਇਸ ਤਰ੍ਹਾਂ ਉਂਗਲਾਂ ਰੱਖਦੀਆਂ ਸੀ, ਸਮੋਤ ਹੋ ਜਾਂਦੀਆਂ ਸੀ। ਅੱਛਾ ਜੀ। ਲਗਾਤਾਰ ਉਹਨਾਂ ਨੂੰ ਬੈਠਣਾ ਪੈਂਦਾ ਸੀ, ਅਤੇ ਉਹਨਾਂ ਉਹਨਾਂ 'ਚੋਂ ਕੁਛ ਕਿਸੇ ਕਿਸਮ ਦਾ ਦਬਾਅ ਦੋ ਇੱਕ ਪਾਸੇ ਦੀਆਂ ਕੁੜੀਆਂ ਦੇਣ ਲੱਗ ਜਾਂਦੀਆਂ ਸੀ, ਅਤੇ ਉਹ ਲੱਤ ਮਾਰਨ ਲੱਗ ਜਾਂਦੇ ਸੀ, ਉਹ ਸਮੋਤ ਹੋਣਾ ਸੀ ਉਹਦੇ 'ਚ। ਅਤੇ ਉਹ ਫਿਰ ਉਦੋਂ ਬਾਅਦ ਆ ਗਿਆ ਤੋਰੀਆਂ 'ਤੇ ਸੱਪ। ਜਦੋਂ ਸਟੋਵ ਦੀ ਘਟਨਾ ਵਾਪਰੀ ਆ, ਉਦੋਂ ਤਰਕੀ ਸੁਸਾਇਟੀ ਨਹੀਂ ਸੀ ਜੰਮੀ, ਉਦੋਂ ਬਾਅਦ ਤੋਰੀਆਂ 'ਤੇ ਸੱਪ ਆਇਆ, ਉਦੋਂ ਅਜੇ ਤਰਕਸ਼ੀਲ ਸੁਸਾਇਟੀ ਨਿਆਣੀ ਸੀ। ਅੱਛਾ ਜੀ। ਅਤੇ ਉਹਦਾ ਵੀ ਮਤਲਬ 20 ਕੁ ਦਿਨਾਂ ਦੇ ਵਿੱਚ ਅੰਤ ਕਰਤਾ ਸੀ, 20-25 ਦਿਨਾਂ 'ਚ। ਪਰ ਜਦੋਂ ਦੁੱਧ ਪੀਣ ਦੀ ਘਟਨਾ ਵਾਪਰੀ ਹੈ ਨਾ, ਉਦੋਂ ਸਾਡੀ ਜਿਹੜੀ ਸੁਸਾਇਟੀ ਆ ਜਵਾਨ ਹੋ ਗਈ ਸੀ, ਹਰੇਕ ਲਾਈਨ ਦੇ ਵਿੱਚ ਸਾਡਾ ਸੁਸਾਇਟੀ ਵਾਲਾ ਵਰਕਰ ਲੱਗ ਗਿਆ ਸੀ, ਅਤੇ ਇੱਕੋ ਦੋ ਦਿਨਾਂ 'ਚ ਉਹਦਾ ਅੰਤ ਹੋ ਗਿਆ ਸੀ। ਉਦੋਂ ਬਾਅਦ ਉਹ ਘਟਨਾ ਲੰਬੀ ਨਹੀਂ ਸੀ ਵਾਪਰੀ। ਹੁਣ ਉਹ ਕਿਉਂ ਆ? ਇੱਕ, ਜਦੋਂ ਬੀਆਬਾਨ 'ਚ ਆਪਾਂ ਜਾਂਦੇ ਹਾਂ ਨਾ, ਕਿਸੇ ਜੰਗਲ 'ਚ ਆਪਾਂ ਤੁਰੇ ਜਾਂਦੇ ਹਾਂ, ਉਹ ਜੰਗਲ 'ਚ ਸਾਨੂੰ ਪਿਆਸ ਲੱਗਦੀ ਆ, ਅਸੀਂ ਤੁਰੇ ਜਾਂਦੇ ਹਾਂ, ਤੁਰੇ ਜਾਂਦੇ ਜਾਂਦੇ ਪਿਆਸ ਲੱਗੀ, ਸਾਡਾ ਪਿਆਸ ਬੁਝਾਉਣ ਦਾ ਸੋਮਾ ਖੂਹ ਜਾਂ ਨਲਕਾ ਜਾਂ ਕੁਛ ਹੈ। ਜਦੋਂ ਪਿਆਸ ਅੰਗਾਂ ਨੂੰ ਲੱਗੀ, ਪਾਣੀ ਸਰੀਰ ਨੇ ਮੰਗਿਆ, ਤਾਂ ਸਾਡੇ ਦਿਮਾਗ ਨੇ, ਦਿਮਾਗ ਤੋਂ ਕਹਿਣਾ ਉਹਨਾਂ ਨੇ ਵੀ ਪਾਣੀ ਦੀ ਲੋੜ ਆ, ਦਿਮਾਗ ਨੇ ਹਦਾਇਤ ਕਿਹੜੀ ਚੀਜ਼ ਨੂੰ ਕਰਨੀ ਆ? ਅੱਖਾਂ ਨੂੰ, ਵੀ ਦੇਖੋ ਕਿਤੇ ਸੋਮਾ ਹੈ। ਅੱਖਾਂ ਫਿਰ ਜ਼ੋਰ ਲਾ ਕੇ ਦੇਖਣਾ ਸ਼ੁਰੂ ਕਰ ਦਿੰਦੀਆਂ ਵੀ ਜੇ ਉਹਦੀ ਜਿਹੜੀ ਆਪਾਂ ਕਹਿ ਸਕਦੇ ਦੇਖਣ ਦੀ ਦੂਰੀ ਆ, ਜੇ 1 ਕਿਲੋਮੀਟਰ ਆ, 1.5 ਕਿਲੋਮੀਟਰ ਤੱਕ, 2 ਕਿਲੋਮੀਟਰ ਤੱਕ ਵਧਾ ਦਿੰਦੀਆਂ, ਮਤਲਬ ਬਹੁਤ ਜ਼ੋਰ ਲਾ ਕੇ ਅਸੀਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਥੋੜ੍ਹੇ ਦੇਰ ਬਾਅਦ ਸਾਡੀਆਂ ਜਿਹੜੀਆਂ ਅੱਖਾਂ, ਉਹ ਵੀ ਵਾਪਸੀ ਸੁਨੇਹਾ ਦਿਮਾਗ ਨੂੰ ਦੇ ਦਿੰਦੀਆਂ ਵੀ ਅਸੀਂ ਵੀ ਥੱਕ ਗਏ ਹਾਂ, ਸਾਡਾ ਵੀ ਕੋਈ ਇਲਾਜ ਕਰ, ਅਸੀਂ ਤਾਂ ਬਹੁਤ ਜ਼ੋਰ ਲਾ ਕੇ ਵੇਖ ਲਿਆ, ਸਾਨੂੰ ਤਾਂ ਕਿਤੇ ਲੱਭਿਆ ਨਹੀਂ ਨਲਕਾ। ਫਿਰ ਉਹ ਦਿਮਾਗ ਕੀ ਕਰਦਾ? ਦਿਮਾਗ ਨੇ ਉਸ ਸਰੀਰ ਨੂੰ ਉੱਥੋਂ ਤੱਕ ਲੈ ਕੇ ਜਾਣਾ ਅਤੇ ਅੱਖਾਂ ਦਾ ਇਲਾਜ ਵੀ ਕਰਨਾ। ਫਿਰ ਉਹ ਇੱਕ ਹੋਰ ਸੁਝਾਅ ਪੈਦਾ ਕਰਦਾ ਜਿਹਦੇ ਨਾਲ ਅੱਖਾਂ ਦੇ ਰਾਹੀਂ ਸਰੀਰ ਦੇ ਉਹਨਾਂ ਸਾਰੇ ਅੰਗਾਂ ਨੂੰ ਦਿਖਾਉਂਦਾ ਵੀ ਹੋ 1 ਕਿਲੋ 1.5 ਕਿਲੋਮੀਟਰ 'ਤੇ ਨਲਕਾ ਜਾਂ ਖੂਹ ਆ, ਵੀ ਜਦੋਂ ਤੁਸੀਂ ਉੱਥੇ ਗਏ ਉਦੋਂ ਤੁਹਾਨੂੰ ਪਾਣੀ ਮਿਲ ਜੂਗਾ। ਮਤਲਬ ਉਹਨੇ ਅੱਖਾਂ ਦਾ ਵੀ ਇਲਾਜ ਕਰ ਲਿਆ ਜੀ, ਅਤੇ ਉਹਨੇ ਦਿਮਾਗ ਇਹਦਾ ਅੰਗਾਂ ਦਾ ਵੀ ਇਲਾਜ ਕਰ। ਹੁਣ ਅੰਗ ਪਾਣੀ ਉਹਨਾਂ ਚਿਰ ਨਹੀਂ ਮੰਗਣਗੇ ਜਿੰਨਾਂ ਚਿਰ ਉੱਥੇ ਨਹੀਂ ਜਾਂਦੇ, ਅੱਖਾਂ ਨੂੰ ਉਹਨਾਂ ਚਿਰ ਜ਼ੋਰ ਲਾਉਣ ਦੀ ਲੋੜ ਨਹੀਂ ਜਿੰਨਾਂ ਚਿਰ। ਇਹ ਸਾਰੀਆਂ ਦਿਮਾਗੀ ਪ੍ਰਕਿਰਿਆਵਾਂ। ਠੀਕ ਹੈ ਜੀ। ਇਹਦੀ ਮੈਂ ਇੱਕ ਗੱਲ ਹੋਰ ਜੋੜ ਦਿਆਂ ਇਹਦੇ ਨਾਲ, ਦੋ ਬੱਚੇ ਸਕੂਲ 'ਚ ਬੈਠੇ ਆ, ਇੱਕ ਬੱਚੇ ਦੀ ਰੋਟੀ ਆ ਜਿਹੜੀ ਆਲੂਆਂ ਦੀ ਸਬਜ਼ੀ ਦੇ ਨਾਲ ਆਈ ਵੀ ਹੈ, ਉਹ ਜਿਹੜਾ ਬੱਚਾ ਮੂਹਰੇ ਬੈਠਾ ਉਹਨੂੰ ਆਲੂਆਂ ਦੀ ਸਬਜ਼ੀ ਬੜੀ ਚੰਗੀ ਲੱਗਦੀ ਹੈ। ਇਹ ਸਾਡੇ 3 ਭਾਗ ਹੈ, ਇੱਦ, ਈਗੋ ਅਤੇ ਸੁਪਰ ਈਗੋ, ਦਿਮਾਗ ਦੇ 3 ਭਾਗ ਹੈ। ਉਹਦਾ ਜਿਹੜਾ ਇੱਦ ਭਾਗ ਹੈ ਨਾ, ਜਿਹੜਾ ਸ਼ਰਾਰਤੀ ਮਨ ਹੈ, ਜਿਹੜਾ ਹਰ ਵੇਲੇ ਚੇਤਨ ਮਨ ਜਿਹਨੂੰ ਆਪਾਂ ਕਹਿੰਦੇ, ਉਹ ਕਹਿੰਦਾ ਵੀ ਇਹਦੀ ਸਬਜ਼ੀ ਅੱਜ ਆਈ ਆ ਆਲੂਆਂ ਦੀ, ਅਤੇ ਇਹਦੀ ਸਬਜ਼ੀ ਕੱਢ ਲਾ ਅਤੇ ਰੋਟੀ ਖਾ ਲਾ। ਜਿਹੜਾ ਉਹਦਾ ਇੱਦ ਭਾਗ ਹੈ, ਜਿਹੜਾ ਇੱਕ ਹੋਰ ਭਾਗ ਹੈ, ਉਹ ਕਹਿੰਦਾ ਨਾ ਕੱਢੀ ਨਾ, ਮਾਸਟਰ ਬੜਾ ਘੌੜਾ ਕੁੱਟੂਗਾ। ਦੋ ਮਨਾਂ ਦਾ ਆਪੋ ਵਿੱਚ ਰੌਲਾ ਪੈ ਗਿਆ, ਇੱਕਾਂ ਦਾ ਸਬਜ਼ੀ ਕੱਢ ਲਾ, ਦੂਜਾ ਕਹਿੰਦਾ ਕੱਢੀ ਨਾ, ਮਾਸਟਰ ਬੜਾ ਕੌੜਾ। ਹੁਣ ਤੀਜਾ ਇੱਕ ਸੁਪਰ ਈਗੋ ਆ ਜਿਹਨੇ ਦੋਨਾਂ ਨੂੰ ਬਰਾਬਰ ਕਰਨਾ, ਪਾਲੜਿਆਂ ਨੂੰ ਦੋਨਾਂ ਨੂੰ। ਅੱਛਾ ਜੀ। ਉਹ ਹੀ ਕਮਜ਼ੋਰ ਹੁੰਦਾ ਜਿਹੜੇ ਬਾਬਿਆਂ ਕੋਲ ਜਾਂਦੇ ਆ, ਉਹਨਾਂ ਦਾ ਸੁਪਰ ਈਗੋ ਹੀ ਕਮਜ਼ੋਰ ਹੁੰਦਾ, ਉਹ ਠੀਕ ਸੁਝਾਅ ਨਹੀਂ ਦਿੰਦਾ। ਸੁਪਰ ਈਗੋ ਫਿਰ ਉਹਨੂੰ ਸੁਝਾਅ ਦਿੰਦਾ ਵੀ ਤੇਰੇ ਨਾਲ ਯਾਰ ਇਹ ਰੋਜ਼ ਖੇਡਦਾ, ਤੇਰੇ ਕੋਲ ਬੱਲਾ ਮੰਗ ਕੇ ਜਾਂਦਾ, ਤੇਰੇ ਕੋਲ ਸਲੇਟ ਮੰਗਦਾ, ਤੇਰੇ ਕੋਲ ਕਾਪੀ ਮੰਗਦਾ, ਤੂੰ ਇਹ ਤੋਂ 2 ਫੜੀਆਂ ਮੰਗ ਲਾ। ਠੀਕ ਹੈ। ਜਿੰਨੇ ਵੀ ਸਾਡੇ ਬਾਬੇ ਆ ਨਾ, ਇਹ 1.5-2 ਕਿਲੋਮੀਟਰ ਆਪਦੇ ਗੁਰਦੁਆਰੇ, ਆਪਦੇ ਮੰਦਰ ਜਾਂ ਆਪਦੇ ਸਥਾਨ ਤੋਂ 2 ਕਿਲੋਮੀਟਰ 'ਤੇ ਇੱਕ ਗੇਟ ਬਣਾਉਂਦੇ ਆ, ਉਸ ਗੇਟ ਤੋਂ ਹੀ ਅਸੀਂ ਝੁਕਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਗੇਟ ਤੋਂ ਝੁਕੇ ਤੁਰੇ ਆਉਂਦੇ ਹਾਂ, ਜਦੋਂ ਨੂੰ ਅਸੀਂ ਉੱਥੇ ਆਉਂਦੇ ਹਾਂ, ਉਦੋਂ ਨੂੰ ਅੱਧੇ ਸਮੋਤ ਹੋ ਜਾਂਦੇ ਹਾਂ, ਅਤੇ ਜਿਹੜਾ ਸਾਡਾ ਸੁਪਰ ਈਗੋ ਆ ਬਿਲਕੁਲ ਕੰਮ ਛੱਡ ਜਾਂਦਾ, ਅਤੇ ਅਸੀਂ ਬਾਬਿਆਂ ਦੇ ਮਗਰ ਲੱਗਣਾ ਸ਼ੁਰੂ ਕਰ ਦਿੰਦੇ। ਉਹ ਹੈ ਸਮੋਤ, ਜਿਹੜਾ ਉਸ ਮਨਾਂ ਦੀ ਪੜ ਪੜਚੋਲ ਕਰਕੇ, ਜਿਹੜਾ ਸੁਪਰ ਈਗੋ ਆ ਉਹਨੂੰ ਅਸੀਂ ਸੁਝਾਅ ਦੇ ਕੇ ਤਕੜੇ ਕਰਨਾ, ਸੁਪਰ ਈਗੋ ਨੂੰ ਤਕੜਾ ਕਰਕੇ ਬੰਦੇ ਨੂੰ ਤੰਦਰੁਸਤ ਕਰ ਰਹੇ ਹਾਂ। ਇਹ ਬਿਲਕੁਲ ਤੁਹਾਡੀ ਠੀਕ ਗੱਲ ਹੈ ਕਿ ਜੋਤਿਸ਼ ਦਾ ਤਾਂ ਅੰਧ ਵਿਸ਼ਵਾਸ ਹੈ ਹੀ ਹੈ, ਕਿ ਜਿਹੜਾ ਡੇਰਾਵਾਦ ਦਾ ਅੰਧ ਵਿਸ਼ਵਾਸ ਆ ਉਹਦੇ ਖਿਲਾਫ਼ ਵੀ ਤੁਹਾਡੀ ਤਰਕਸ਼ੀਲ ਸੁਸਾਇਟੀ ਕੋਈ ਕੰਮ ਕਰਦੀ ਕਿ ਨਹੀਂ ਕਰਦੀ? ਵੈਸੇ ਤਾਂ ਹੁਣ ਪੰਜਾਬ ਦੇ ਵਿੱਚ ਇੰਨਾ ਡੇਰਾਵਾਦ ਜਿਹੜਾ ਵੱਧ ਚੁੱਕਾ ਹੈ, ਅਤੇ ਜਦੋਂ ਸਾਡੇ ਗੁਰੂ ਸਾਹਿਬਾਨ ਨੇ ਕਹਿ ਦਿੱਤਾ ਇੱਥੇ ਵੀ ਅਗਲਾ ਗੁਰੂ ਸਾਡਾ ਸ਼ਬਦ ਗੁਰੂ ਹੈਗਾ, ਅਤੇ ਫਿਰ ਵੀ ਜਗ੍ਹਾ ਜਗ੍ਹਾ ਜਿਹੜੇ ਡੇਰੇ ਛੋਟੇ ਮੋਟੇ ਖੁੱਲ੍ਹੇ ਹੋਏ ਨੇ, ਅਤੇ ਜੇ ਕਿਸੇ ਨੂੰ ਆਖਦੇ ਵੀ ਹੋ, ਪ੍ਰੇਰਦੇ ਹੋ, ਤਾਂ ਅਗਲਾ ਗਲ ਪੈਂਦਾ ਤੁਹਾਡੇ। ਬਿਲਕੁਲ ਬਿਲਕੁਲ। ਇਹਦੇ ਨਾ ਮੈਂ ਇੱਕ ਡੇਰਾਵਾਦ ਬਾਰੇ ਕਹਾਣੀ ਸੁਣਾ ਦੇਣਾ, ਆਪਾਂ ਨਾਂ ਨਹੀਂ ਕਿਸੇ ਦਾ ਲਈਏ, ਕਿਉਂਕਿ ਉਹਦੇ 'ਚ ਥੋੜ੍ਹੀ ਜਿਹੀ ਫਿਰ ਨਾ ਜ਼ਰੂਰ ਅਸਲ ਬਣ ਜਾਂਦੀ ਆਪਾਂ, ਕਿਉਂਕਿ ਉਹਨਾਂ ਦਾ ਵਿਸ਼ਵਾਸ ਆ ਉਹਨਾਂ 'ਤੇ ਆਪਾਂ, ਮਤਲਬ। ਪਰ ਉਹਦੇ ਮੈਂ ਇੱਕ ਸੁਣਾ ਦਿੰਦਾ, ਕਹਾਣੀ ਸੁਣਾ ਦਿੰਦਾ। ਬਿਲਕੁਲ ਠੀਕ। ਜਦੋਂ ਸਾਡੇ ਅਖੰਡ ਪਾਠ ਪ੍ਰਕਾਸ਼ ਹੁੰਦਾ ਨਾ ਜੀ, ਅਖੰਡ ਪਾਠ ਪ੍ਰਕਾਸ਼ ਹੋਣ ਵੇਲੇ, ਉਸ ਦਿਨ ਰਾਤ ਨੂੰ, ਉਸ ਦਿਨ ਦੂਜੇ ਦਿਨ ਸਵੇਰੇ, ਉਸ ਦੂਜੇ ਦਿਨ ਦੀ ਰਾਤ ਨੂੰ, ਅਤੇ ਇੱਕ ਭੋਗ ਵੇਲੇ, ਮਤਲਬ ਸਾਡੇ ਕੋਲ ਇਹ ਤਕਰੀਬਨ 4-5 ਵਕਤ ਹੈ ਜੀ, ਜਦੋਂ ਅਸੀਂ ਟਾਈਮ ਕੱਢ ਕੇ ਉੱਥੇ ਜਾਂਦੇ ਹਾਂ। ਬਿਲਕੁਲ। 4-5 ਵਕਤ
ਜਿਹੜੀ ਜਿਹੜੀ ਵਿਚਾਰਧਾਰਾ ਨੂੰ ਅਸੀਂ ਘਰ 'ਚ ਲੈ ਕੇ ਆਏ ਹਾਂ ਜੀ, ਜਿਹੜੀ ਅਸਾਰੂ ਵਿਚਾਰਧਾਰਾ ਬਾਬੇ ਨਾਨਕ ਦੀ, ਬਿਲਕੁਲ, ਉਹਦੇ ਕੋਲੋਂ ਮਾਈਕ ਚੱਕ ਕੇ ਢੋਲਕੀਆਂ ਅਤੇ ਛੈਣਿਆਂ ਵਾਲਿਆਂ ਕੋਲ ਆ ਜਾਂਦਾ ਮਾਈਕ ਆ ਜਿਹੜਾ। ਜਦੋਂ ਢੋਲਕੀਆਂ ਅਤੇ ਛੈਣਿਆਂ ਵਾਲੇ ਕੋਲ ਆਉਂਦਾ, ਫਿਰ ਛੈਣਿਆਂ ਅਤੇ ਢੋਲਕੀਆਂ ਵਾਲੇ ਉਹਦੀ ਇੱਕ ਗੱਲ ਵੀ ਨਹੀਂ ਕਰਦੇ ਉਸ ਵਿਚਾਰਧਾਰਾ ਦੀ, ਬਿਲਕੁਲ ਠੀਕ। ਉਹ ਫਿਰ ਆਪਦੇ ਬਾਬੇ ਦੀਆਂ, ਆਪਦੇ ਦੁਆਰੇ ਦੀਆਂ, ਆਪਦੇ ਉਸ ਸਥਾਨ ਦੀਆਂ ਝੂਠੀਆਂ ਮੂਠੀਆਂ ਕਹਾਣੀਆਂ ਸੁਣਾਉਣੀਆਂ ਫਿਰ ਸ਼ੁਰੂ ਕਰ ਦਿੰਦੇ। ਇੱਕ ਕਹਾਣੀ ਦਾ ਜ਼ਿਕਰ ਕਰੂੰਗਾ ਮੈਂ ਜੀ। ਉੱਥੇ ਉਹਨਾਂ ਨੇ ਜ਼ਿਕਰ ਕੀਤਾ ਦੇ ਜੀ, ਸੰਗਤ ਬਹੁਤ ਆਉਣ ਲੱਗ ਗਈ, ਇਹ ਮਹਾਂਪੁਰਸ਼ਾਂ ਦਾ ਨਾ ਸਰੋਵਰ ਬਣਾਉਣ ਨੂੰ ਮਨ ਕੀਤਾ ਵੀ ਇੱਥੇ ਸਰੋਵਰ ਪੱਟਿਆ ਜਾਵੇ, ਹੁਣ ਸੰਗਤ ਬਹੁਤ ਆਉਣ ਲੱਗ ਗਈ। ਅੱਛਾ ਜੀ। ਜਦੋਂ ਸਰੋਵਰ ਪੁੱਟਿਆ ਗਿਆ, ਸਰੋਵਰ ਪੁੱਟਣ ਤੋਂ ਬਾਅਦ ਉਹਦਾ ਲੈਵਲ ਹੋਣਾ ਸੀ, ਜਦੋਂ ਲੈਵਲ ਹੋਣਾ ਸੀ ਤਾਂ ਲੈਵਲ ਵਾਸਤੇ ਮਿਸਤਰੀ ਬੁਲਾਏ ਗਏ ਵੀ ਇਹਦਾ ਲੈਵਲ ਕਰੋ। ਮਿਸਤਰੀ ਦੋ ਦਿਨ ਟੱਕਰਾਂ ਮਾਰਦੇ ਰਹੇ, ਉਹਦਾ ਲੈਵਲ ਨਾ ਹੋਵੇ, ਕਿਸੇ ਪਾਸੇ ਉੱਚਾ ਹੋ ਜਾ ਕਰੇ, ਕਿਸੇ ਪਾਸੇ ਨੀਵਾਂ ਹੋ ਜਾ ਕਰੇ। ਉਹਨਾਂ ਦੀ ਸੁਣਾਈ ਬਾਜੇ ਵਾਲਿਆਂ ਦੀ ਸੁਣਾਈ ਵੀ ਕਹਾਣੀ, ਹੁਣ ਉਹਦੇ ਨਾਲ ਕਿੰਨੀ ਕੁ ਮਿਲਦੀ ਆ ਆਪਾਂ ਦੱਸਣਾ। ਜਦੋਂ ਉਹਨਾਂ ਨੇ ਮਤਲਬ ਸੁਣਾਤੀ ਇਹ ਕਹਾਣੀ, ਫਿਰ ਲੈਵਲ ਹੋਇਆ ਨੀਗਾ ਅਤੇ ਮਿਸਤਰੀ ਸਾਰੇ ਇਕੱਠੇ ਹੋ ਕੇ ਮਹਾਂਪੁਰਸ਼ਾਂ ਕੋਲ ਆ ਗਏ। ਕਹਿੰਦੇ ਮਹਾਂਪੁਰਸ਼ੋ, ਸਾਡੇ ਕੋਲੋਂ ਕੋਈ ਗਲਤੀ ਹੋਈ ਆ, ਸਾਡੀ ਗਲਤੀ ਬਖਸ਼ਾਓ, ਅਤੇ ਇਹ ਸਾਡੇ ਕੋਲ ਤਾਂ ਲੇਵਲ ਹੀ ਨਹੀਂ ਹੁੰਦਾ, ਤੁਸੀਂ ਕਿਰਪਾ ਕਰਕੇ ਅਰਦਾਸ ਬੇਨਤੀ ਕਰੋ ਅਤੇ ਅਰਦਾਸ ਬੇਨਤੀ ਕਰਕੇ ਸਾਡੀ ਭੁੱਲ ਬਖਸ਼ਾ ਦਿਓ ਜੇ ਸਾਡੇ ਕੋਲ ਕੋਈ ਭੁੱਲ ਹੋਈ ਆ। ਉਦੋਂ ਉਹਨੂੰ, ਜਦੋਂ ਉਹ ਗੱਲ ਕਰਦੇ ਆ, ਇੱਕ ਬਜ਼ੁਰਗ ਬਾਹਰੋਂ ਆਉਂਦਾ, ਚਿੱਟਾ ਉਹਦੇ ਚੋਲਾ ਪਾਇਆ, ਵੱਡਾ ਉਹਦੇ ਗੋਲ ਪੱਗ ਬੰਨੀ ਵੀ, ਕੋਲੇ ਉਹਦੇ ਖੁੰਡਾ, ਉਮਰ ਉਹਦੀ 80-82 ਸਾਲ ਆ। ਉਹ ਅੰਦਰ ਆ ਕੇ ਉਹ ਬੈਠਦਾ, ਆਉਂਦਾ ਕੀ ਗੱਲ ਹੈ ਜੀ। ਮਹਾਂਪੁਰਸ਼ਾਂ ਨੂੰ ਕਹਿੰਦਾ ਸੰਗਤ ਬੜੀ ਉਦਾਸ ਬੈਠੀ ਹੈ। ਉਹ ਕਹਿੰਦੇ ਜੀ ਐਂ ਕਰਕੇ ਵੀ ਅਸੀਂ ਇੱਕ ਲੈਵਲ ਕਰਨਾ ਸ਼ੁਰੂ ਕੀਤਾ ਸੀ, ਇਹਨਾਂ ਤੋਂ ਹੋਇਆ ਨਹੀਂ, ਰਾਜ ਮਿਸਤਰੀ ਹੈ। ਉਹ ਕਹਿੰਦਾ ਜੀ ਇਹ ਸੇਵਾ ਜੇ ਮੈਨੂੰ ਦੇ ਦਿਓ। ਉਹ ਹੱਸ ਕੇ ਕਹਿੰਦੇ, ਮਹਾਂਪੁਰਸ਼ ਕਹਿੰਦੇ ਲੈ ਏਦੂ ਵੱਡੀ ਕਿਹੜੀ ਗੱਲ, ਤੁਹਾਨੂੰ ਦੇ ਦਿੰਦੇ ਸੇਵਾ, ਤੁਸੀਂ ਕਰੋ। ਦੋ ਦਿਨ ਫਿਰ ਉਹ ਉਡੀਕਦੇ ਰਹੇ ਮਿਸਤਰੀ, ਉਹ ਬਜ਼ੁਰਗ ਨਾ ਆਇਆ। ਠੀਕ ਹੈ। ਦੋ ਦਿਨਾਂ ਬਾਅਦ ਉਹ ਫਿਰ ਮਹਾਂਪੁਰਸ਼ਾਂ ਕੋਲ ਚਲੇ ਗਏ, ਕਹਿੰਦੇ ਮਹਾਂਪੁਰਸ਼ ਉਹ ਤਾਂ ਆਇਆ ਨੀਗਾ, ਤੁਸੀਂ ਦੱਸੋ ਸਾਡੀ ਅਰਦਾਸ ਬੇਨਤੀ। ਉਹ ਬਜ਼ੁਰਗ ਬੰਦਾ ਸੀ, ਉਹਨੇ ਕਾਹਦਾ ਕਰਨਾ ਸੀ, ਐਵੇਂ ਟਿਚਰ ਕਰ ਗਿਆ ਸੀ। ਉਹ ਕਹਿੰਦਾ ਤੁਸੀਂ ਉਹ ਦੇਖੋ, ਮਹਾਂਪੁਰਸ਼ ਕਹਿੰਦੇ ਵੀ ਰਾਤ ਮੀਂਹ ਪਿਆ, ਅਖਿਆਨ ਜੀ ਪਿਆ, ਕਹਿੰਦੇ ਉਹ ਇੰਦਰ ਦੇਵਤਾ ਸੀ ਜਿਹੜਾ ਆਇਆ ਸੀ। ਹੁਣ ਤੁਸੀਂ ਜਾ ਕੇ ਮਿਣ ਕੇ ਵੇਖੋ ਸਾਰੇ ਸਰੋਵਰ 'ਚ ਪਾਣੀ 6 ਇੰਚ ਹੈਗਾ ਕਿ ਨਹੀਂ। ਜਦੋਂ ਮਿਸਤਰੀਆਂ ਨੇ ਜਾ ਕੇ ਮਿਣਿਆ ਕਿ ਸਰੋਵਰ 'ਚ 6 ਇੰਚ ਪਾਣੀ। ਹੁਣ ਜਿਹੜੀ ਜਗ੍ਹਾ ਦਾ ਮੁਖੀ ਬਾਜੇ ਵਾਲਾ ਇਹ ਗੱਲ ਸੁਣਾ ਰਿਹਾ, ਉਸ ਬਾਬੇ ਦੇ ਸਰੋਵਰ ਪੁੱਟਣ ਬਾਰੇ ਸੁਣਾ ਰਿਹਾ, ਉਸੇ ਜਗ੍ਹਾ ਦੇ ਉੱਤੇ ਸੋਨਾ ਲੱਗਾ ਅਤੇ ਸੋਨੇ ਦੇ ਬਰਾਬਰ ਤਰਸ਼ੂਲ ਨੁਮਾ 3 ਪੱਤੀਆਂ ਲਾਈਆਂ ਵਾਂਗਾ। ਕਿਉਂ ਲਾਈਆਂ? ਵੀ ਇਹਦੇ 'ਤੇ ਕਾਸ਼ੀ ਬਿਜਲੀ ਨਾ ਡਿੱਗ ਪਏ। ਇੱਕ ਪਾਸੇ ਤਾਂ ਉੱਥੇ ਜਿਹੜਾ ਉਹਦਾ ਇੰਦਰ ਦੇਵਤਾ ਉਹ ਲੇਵਲ ਕਰਕੇ ਜਾਂਦਾ, ਲੈਵਲ ਕਰਕੇ ਜਾਂਦਾ, ਇੱਕ ਪਾਸੇ ਉਹਦੇ ਡਿੱਗਣ। ਕਿਉਂਕਿ ਜਦੋਂ ਇਹ ਗੱਲ ਇਹਨਾਂ ਨੇ ਇੰਜੀਨੀਅਰਾਂ ਨੂੰ ਸੁਣਾਈ ਹੋਊ ਨਾ ਵੀ ਆਹ ਤਾਂ ਲੋੜ ਨਹੀਂ ਗੀ, ਇੱਥੇ ਤਾਂ ਉਹ ਆਇਆ, ਉਹ ਕਹਿੰਦੇ ਟੈਜੂ ਇਹ ਸਾਲ ਵੀ ਨਹੀਂ ਕੱਟਣਾ, 1 ਸਾਲ 'ਚ ਹੀ ਟੈਜੂ, ਇਹਦੇ ਵਾਸਤੇ ਤਰਸੂਲ ਨੂੰ ਪੱਤੀਆਂ ਜ਼ਰੂਰੀ ਆ। ਮਤਲਬ ਬਜ਼ੁਰਗ ਉਹਦਾ ਲੈਵਲ ਕਰਕੇ ਜਾਂਦਾ, ਧੀ ਉਹਦੀ ਢੋਣ ਨੂੰ ਫਿਰਦੀ ਆ, ਅਤੇ ਸਾਡੇ ਦਿਮਾਗ 'ਚ ਫਰਕ ਇਹ ਆ ਵੀ ਅਸੀਂ ਨੀਵਾਂ ਕਰਕੇ ਜਿਉਂ ਅੱਖਾਂ ਨੀਵੀਆਂ ਕਰਦੇ ਹਾਂ, ਇਹੋ ਜਿਹੀਆਂ ਕਹਾਣੀਆਂ ਸੁਣ ਜ਼ਰੂਰ ਲੈਂਦੇ ਹਾਂ, ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕਰਦੇ, ਆ ਸਾਰਿਆਂ ਨਾਲੋਂ ਵੱਡਾ ਨੁਕਸਾ ਸਾਡਾ। ਮੈਂ ਸੱਚਮੁੱਚ ਜੀ ਤੁਹਾਡੀਆਂ, ਕਿਉਂਕਿ ਅੱਜ ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਸਮਾਪਤ ਹੋ ਚੁੱਕਾ ਹੈ ਅਤੇ ਤੁਸੀਂ ਬਹੁਤ ਸੁਚੇਤ ਕਰਨ ਵਾਲੀਆਂ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਡੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨੇ ਪਸੰਦ ਕੀਤੀਆਂ ਹੋਣਗੀਆਂ, ਔਰ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਅੱਜ ਵਾਲਾ ਜਿਹੜਾ ਪ੍ਰੋਗਰਾਮ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਤੇ ਮੈਂ ਨਿੱਜੀ ਤੌਰ 'ਤੇ ਸੁਰਜੀਤ ਦੌਧਰ ਹੁਣਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਜੇ ਇੱਕ ਚੈਪਟਰ ਹੋਰ ਰਹਿ ਗਿਆ ਜੀ ਆਪਣਾ ਵਾਸਤੂ ਸ਼ਾਸਤਰ ਦਾ, ਅਤੇ ਇੱਕ ਵਾਰੀ ਇੰਡੀਆ ਪੰਜਾਬ ਫਿਰ ਹੀ ਤੁਸੀਂ ਜਿਹੜੀ ਮਤਲਬ ਵਾਪਸ ਜਾ ਰਹੇ ਹੋ ਵਤਨ ਨੂੰ, ਉਸ ਤੋਂ ਪਹਿਲਾਂ ਇੱਕ ਵਾਰੀ ਸਾਡੇ ਸਟੂਡੀਓ ਦੇ ਵਿਸ਼ੇ ਫਿਰ ਦਰਸ਼ਨ ਦਿਓ। ਕੋਈ ਗੱਲ ਨਹੀਂ ਸੰਧੂ ਸਾਹਿਬ, ਮੈਂ 10 ਅਪ੍ਰੈਲ ਤੱਕ ਇੱਥੇ ਹਾਂ ਉਸ ਵਿਸ਼ੇ 10 ਅਪ੍ਰੈਲ ਤੱਕ ਮੈਂ ਜੋਤਸ਼ੀ ਸਾਹਿਬਾਨਾਂ ਨੂੰ ਫਿਰ ਕਹਿੰਦਾ ਵੀ ਜੇ ਸਾਰੇ ਬ੍ਰਹਮਟਨ ਦੇ ਨੇ ਇਕੱਠੇ ਹੋ ਕੇ ਪ੍ਰਭ ਬੁਲਾਉਣਾ ਤਾਂ ਮੈਂ ਆ ਜਾਊਂਗਾ, ਅਤੇ ਸਾਡਾ ਫਿਰ ਚੈਲੇਂਜ ਆ ਭਾਈ, ਤੁਸੀਂ ਜੇ ਤੁਸੀਂ ਆਪਦਾ ਇਹ ਜਿਹੜੀ ਫਿਲੋਸਫੀ ਹੈ ਇਹਦੀ ਕੋਈ ਇੱਜ਼ਤ ਰੱਖਣੀ ਹੈ ਤਾਂ ਰੱਖ ਸਕਦੇ, ਜਦੋਂ ਮਰਜ਼ੀ ਆ ਜਾਓ, ਬੁਲਾਓ, ਮਿਹਰਬਾਨੀ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਬਹੁਤ ਸੰਤ। ਸੋ ਇਸੇ ਜੀ ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਰਜੀਤ ਦੌਧਰ ਹੋਣੀ, ਅਤੇ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ ਔਰ ਤੁਸੀਂ ਇਹਨਾਂ ਤੋਂ ਜ਼ਰੂਰ ਕੁਝ ਸਿੱਖਿਆ ਹੋਵੇਗਾ, ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ। ਅਤੇ ਹੁਣ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਮੈਨੂੰ ਦਿਓ ਇਜਾਜ਼ਤ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।